किसी पिटबुल ने या अनदर डॉग ने किसी ने लॉक किया हुआ है किसी जानवर नु या किसी इंसान नु ते असीं किद्दां खोल सकदे जिद्दां एक पेंसिल यूज कर सकदे आ एक चाबी यूज कर सकदे आ एक स्टिक यूज कर सकदे आ जे कोई कुत्ता वड लैंदा हैना ਜਾ ਕੁਛ ਉਹ ਪਹਿਲਾਂ ਉਹ ਕਹਿੰਦੇ ਸੀ 14 ਇੰਜੈਕਸ਼ਨ ਧੁੰਨੀ ਚ ਲੱਗਦੇ ਹੁੰਦੇ ਸੀਗੇ ਜਿੱਥੇ ਆਪਣੀ ਹੁੰਦੀ ਆ ਹਨਾ ਅੱਜ ਕੱਲ੍ਹ ਉਹਦਾ ਅਗਰ ਕੋਈ ਕੁੱਤਾ ਜਾਂ ਕੋਈ ਡੋਗ ਜਾਂ ਕੋਈ ਵੀ ਹੈ ਜਾਂ ਹਲਕਿਆ ਹੋਇਆ ਕਿਸੇ ਵੀ ਇਨਸਾਨ ਨੂੰ ਬੱਚੇ ਨੂੰ ਵੱਢ ਲੈਂਦਾ ਉਹਦਾ ਸਿੰਪਲ ਸੋਲਿਊਸ਼ਨ ਕੀ ਹੈਗਾ ਘਰੇ ਰੈਮਡੀ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਸਾਰਿਆਂ ਨਾਲੋਂ ਪਹਿਲਾਂ ਟੂਟੀ ਦੇ ਥੱਲੇ ਜਾ ਕੇ ਆਪਣੇ ਜ਼ਖਮ ਨੂੰ ਕਰੋ ਤੇ 10-20 ਵਾਰੀ ਉਹਨੂੰ ਚੰਗੀ ਤਰ੍ਹਾਂ ਜ਼ੋਰ ਨਾਲ ਉਹਨੂੰ ਸਾਬਣ ਨਾਲ ਰਗੜ ਰਗੜ ਕੇ ਧੋਵੋ ਤਾਂ ਕਿ ਜੇ ਕੋਈ ਹਲਕਿਆ ਹੋਇਆ ਕੁੱਤਾ ਕੋਈ ਰੈਬਿਸ ਵਾਲਾ ਕੁੱਤਾ ਹੈਗਾ ਆ ਉਹਦਾ ਸਲਾਈਵਾ ਸਾਡੇ ਬਾਡੀ ਦੇ ਵਿੱਚੋਂ ਖੂਨ ਦੇ ਵਿੱਚੋਂ ਨਿਕਲ ਜਾਵੇ ਰੈਬਿਜ਼ ਹੈ ਕੀ ਅਸਲ ਦੇ ਵਿੱਚ ਰੈਬਿਜ਼ ਇਹ ਹੈ ਜੀ ਇਹਦਾ ਨਾ ਜਿਹੜਾ ਰੈਬਿਜ਼ ਦਾ ਕੀਟਾਣੂ ਹੈ ਉਹ ਬੁਲਟ ਦੀ ਸ਼ੇਪ ਦੇ ਵਿੱਚ ਹੁੰਦਾ ਤਿੱਖਾ ਉਹਦੀ ਸਪੀਡ ਬੜੀ ਤੇਜ਼ ਹੁੰਦੀ ਹੈ ਜੇ ਅੱਜ ਮੰਨ ਲਓ ਪੈਰ ਦੇ ਉੱਪਰ ਵੱਢਿਆ ਗਿੱਟੇ 'ਤੇ ਵੱਢ ਲਿਆ ਕਿਸੇ ਰੈਬਿਜ਼ ਵਾਲੇ ਡੋਗ ਨੇ ਕਿਸੇ ਇਨਸਾਨ ਨੂੰ ਅਤੇ ਉਹਨੂੰ ਟਾਈਮ ਲੱਗਦਾ ਬ੍ਰੇਨ ਤੱਕ ਜਾਣ ਲੱਗੇ ਪੂਰੀ ਬਾਡੀ ਤੱਕ ਜੇ ਅਗਰ ਹਾਰਟ ਤੱਕ ਵੀ ਆਉਂਦਾ ਉਹ ਕੋਈ ਇਫੈਕਟ ਨਹੀਂ ਕਰਦਾ ਹੈ ਬੰਦਾ ਨੋਰਮਲ ਰਹਿੰਦਾ ਆ ਜੇ ਉਹ ਜਾ ਕੇ ਦਿਮਾਗ ਦੇ ਵਿੱਚ ਇਫੈਕਟ ਕਰਦਾ ਨਾ ਜਾਂ ਦਿਮਾਗ ਦੇ ਵਿੱਚ ਆਉਂਦਾ ਤਾਂ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਆ ਉਹ ਰੈਬਿਜ਼ ਦਾ ਸ਼ਿਕਾਰ ਹੁੰਦਾ ਆ ਉਹਦਾ ਦਿਮਾਗ ਉਹਦੀ ਮੈਮਰੀ ਬੁੱਧੀ ਉਹਦੀ ਕੰਮ ਕਰਨੀ ਬੰਦ ਕਰ ਦਿੰਦੀ ਹੈ ਅਤੇ ਉਹਨੂੰ ਫਿੱਟ ਪੈਣੇ ਸਟਾਰਟ ਹੋ ਜਾਂਦੇ ਜਿਹਨੂੰ ਅਸੀਂ ਕਹਿੰਦੇ ਹਾਂ ਰੈਬਿਜ਼ ਦਾ ਸ਼ਿਕਾਰ ਹੋ ਗਿਆ ਰੈਬਿਜ਼ ਵਾਲੇ ਕੁੱਤੇ ਦੇ ਕੋਲ ਕੋਈ ਵੀ ਅਨਦਰ ਡੋਗ ਸਟ੍ਰੇਟ ਡੋਗ ਉਹਦੇ ਨੇੜੇ ਨਹੀਂ ਜਾਊਗਾ ਸੈਕਿੰਡਲੀ ਥਿੰਗ ਉਹਦੇ ਵਾਲ ਖੜੇ ਹੋਣਗੇ ਬਾਡੀ ਦੇ ਉੱਪਰ ਜਿਹੜਾ ਰੈਬਿਜ਼ ਦਾ ਸ਼ਿਕਾਰ ਕੁੱਤਾ ਹੋਊਗਾ ਉਹਦੇ ਮੂੰਹ 'ਚੋਂ ਲਾਲਾਂ ਗਿਰਦੀਆਂ ਹੋਣਗੀਆਂ ਉਹਨੂੰ ਪਾਣੀ ਨੂੰ ਦੇਖ ਕੇ ਫਿੱਟ ਪੈਣੇ ਸਟਾਰਟ ਹੋ ਜਾਂਦੇ ਨੇ ਜੇ ਤੁਸੀਂ ਹੈ 3 ਦਿਨਾਂ ਦੇ ਅੰਦਰ ਅੰਦਰ ਉਹ ਕੁੱਤਾ ਮਰ ਜਾਂਦਾ ਮੰਨ ਲਓ ਕੋਈ ਰੈਬਿਜ਼ ਦਾ ਤੁਹਾਨੂੰ ਲੱਗਦਾ ਸਾਨੂੰ ਕਿ ਰੈਬਿਜ਼ ਵਾਲਾ ਹੈਗਾ ਡੋਗ ਤੁਸੀਂ ਉਸਦੇ ਧਿਆਨ ਰੱਖੋ 2-3 ਦਿਨਾਂ ਦੇ ਅੰਦਰ ਅੰਦਰ ਉਹਦੀ ਡੈਥ ਹੋ ਜਾਊਗੀ ਹੈ ਡੋਗ ਮੈਂ ਪਿਛਲੇ 15 ਸਾਲ ਤੋਂ ਮੈਂ ਇਹ ਬੇਜ਼ੁਬਾਨਾਂ ਨੂੰ ਟ੍ਰੇਨ ਕਰਕੇ ਹੀ ਆਪਣਾ ਜਿਹੜਾ ਹੈਗਾ ਰੋਜ਼ੀ ਰੋਟੀ ਚਲਾ ਰਿਹਾ ਹੈਗਾ ਹੈ ਅਤੇ ਇਹਨਾਂ ਦਾ ਭਲਾ ਹੀ ਮੇਰੀ ਮੈਨੂੰ ਇਹ ਲੱਗਦਾ ਕਿ ਪਰਮਾਤਮਾ ਨੇ ਉੱਪਰ ਵਾਲੇ ਨੇ ਮੇਰੀ ਡਿਊਟੀ ਲਗਾਈ ਇਹਨਾਂ ਦਾ ਭਲਾ ਕਰਨਾ ਅਤੇ ਮੇਰੇ ਨਾਲ ਕਾਫੀ ਸੰਸਥਾਵਾਂ ਜੁੜੀਆਂ ਹੋਈਆਂ ਹੈਗੀਆਂ ਮੇਰੇ ਨਾਲ ਨਹੀਂ ਮੈਂ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹੋਸਟ ਦੋਸਤ ਪਰਮ ਤਮਾਨ ਅੱਜ ਲੈ ਕੇ ਆਇਆ ਜੀ ਆਤਿਜ਼ਮ ਟੀਵੀ ਦੇ ਉੱਤੇ ਇੱਕ ਸਾਡਾ ਨਵਾਂ ਵਲੌਗ ਜਾਂ ਇੰਟਰਵਿਊ ਜਾਂ ਇੰਟਰੈਕਸ਼ਨ ਵੀ ਕਹਿ ਸਕਦੇ ਹਾਂ ਕੁੱਤਿਆਂ ਦੇ ਪ੍ਰਤੀ ਜਾਨਵਰਾਂ ਦੇ ਪ੍ਰਤੀ ਐਨੀਮਲਸ ਦੇ ਪ੍ਰਤੀ ਬਰਡਸ ਦੇ ਪ੍ਰਤੀ ਉਹਨਾਂ ਦੀ ਟ੍ਰੇਨਿੰਗ ਬਾਰੇ ਅਤੇ ਅੱਜ ਮੇਰੇ ਨਾਲ ਨੇ ਜੀ ਥਾਪਰ ਜੀ ਸਤਿ ਸ਼੍ਰੀ ਅਕਾਲ ਥਾਪਰ ਜੀ ਥਾਪਰ ਜੀ ਪਟਿਆਲੇ ਦੇ ਵਿੱਚ 15 ਸਾਲ ਤੋਂ ਕੰਮ ਕਰ ਰਹੇ ਨੇ ਡੋਗਸ ਦੀ ਟ੍ਰੇਨਿੰਗ ਦੀ ਡੋਗਸ ਦੀ ਬਰੀਡਿੰਗ ਦੀ ਡੋਗ ਦੀ ਵੇਵਿੰਗ ਬਿਹੇਵੀਅਰ ਹੈ ਜੀ ਮੈਂ ਡੋਗ ਬਿਹੇਵੀਅਰਿਸਟ ਹਾਂ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਉਂਦੀ ਹੈ ਅਗਰ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਡੋਗ ਦੇ ਰਿਲੇਟਡ ਵੱਢਦਾ ਆ ਖਿੱਚਦਾ ਆ ਜਾਂ ਕਿਸੇ ਵੀ ਤਰ੍ਹਾਂ ਦੇ ਡੋਗ ਬਿਹੇਵੀਅਰ ਪ੍ਰੋਬਲਮ ਤਾਂ ਮੈਂ ਉਸ ਪਿਛਲੇ 15 ਸਾਲ ਤੋਂ ਡੋਗ ਦੀ ਬੈਟਰਮੈਂਟ ਲਈ ਕੰਮ ਕਰ ਰਿਹਾ ਅਤੇ ਸੋਲਵ ਆਊਟ ਕਰ ਰਿਹਾ ਲੋਕਾਂ ਦੀ ਪਰੇਸ਼ਾਨੀ ਹੈ ਅਤੇ ਥਾਪਰ ਜੀ ਨਾਲ ਵੈਸੇ ਇੱਕ ਸਿੰਪਲ ਜੀ ਗੱਲ ਕਰਦਾ ਮੈਂ ਹੈ ਨਾ ਸ਼ੁਰੂਆਤ ਹੀ ਅਸੀਂ ਬੜੀ ਘੈਂਟ ਜੀ ਕਰਤੀ ਆ ਬਟ ਇੱਕ ਨੋਰਮਲ ਜੀ ਚੀਜ਼ ਤੋਂ ਮੈਂ ਤੁਹਾਨੂੰ ਗੱਲਬਾਤ ਕਰਾਉਣਾ ਥਾਪਰ ਜੀ ਆਪਣੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਦੱਸੋਗੇ ਵੀ ਤੁਸੀਂ ਇਸ ਫੀਲਡ ਦੇ ਵਿੱਚ ਕਿਵੇਂ ਆਏ ਅਤੇ ਤੁਹਾਨੂੰ ਕਿਉਂ ਇਸ ਫੀਲਡ ਦੇ ਬਾਰੇ ਹੀ ਪਿਆਰ ਹੋਇਆ ਮਤਲਬ ਕਿ ਜਾਨਵਰਾਂ ਪ੍ਰਤੀ ਉਹਨਾਂ ਦੇ ਬਿਹੇਵੀਅਰ ਪ੍ਰਤੀ ਥੋੜ੍ਹਾ ਜਿਹਾ ਜਾਣਕਾਰੀ ਦਿਓਗੇ ਜੀ ਦੇਖੋ ਜੀ ਮਦਰ ਫਾਦਰ ਨੇ ਤਾਂ ਮੈਨੂੰ ਚਾਹਿਆ ਕਿ ਮੈਂ PCS ਔਫਿਸਰ ਬਣਾ ਅਤੇ ਸਾਡੀ ਲੋਕਾਂ ਹੀ ਵੈਸੇ ਉਮੀਦ ਹੀ ਹੈਗੀ ਹੈ ਨਾ ਅਤੇ ਮੈਂ ਕਰਦੇ ਕਹਿੰਦੇ ਵੀ ਲਾਲ ਗੱਡੀ ਲਾਲ ਬੱਤੀ ਵਾਲੀ ਗੱਡੀ ਸਾਡੇ ਕਾਕੇ ਥੱਲੇ ਹੋਵੇ ਅਤੇ ਹੈ ਨਾ ਲੋਕਾਂ ਦੀ ਸੇਵਾ ਕਰੇ ਆ ਅਤੇ ਪਰ ਕਹਿੰਦੇ ਆ ਨਾ ਜੀ ਜਿਉਂ ਜਿਉਂ ਤੇਰਾ ਹੁਕਮ ਤਿਉਂ ਤਿਉਂ ਹੋਵਣਾ ਉਹ ਮਾਲਕ ਨੇ ਮੇਰੀ ਡਿਊਟੀ ਲਗਾਈ ਹੈ ਜੀ ਇਹ ਬੇਜ਼ੁਬਾਨਾਂ ਨੂੰ ਟ੍ਰੇਨ ਕਰਨ ਵਾਸਤੇ ਇਹਨਾਂ ਦੀ ਬੈਟਰਮੈਂਟ ਲਈ ਕੰਮ ਕਰਨ ਵਾਸਤੇ ਆ ਮੇਰੇ ਸ਼ੁਰੂ ਤੋਂ ਹੀ ਅਸੀਂ ਬੇਸਿਕਲੀ ਅਸੀਂ ਪਿੱਛੋਂ ਹੈਗੇ ਹਾਂ ਕਾਬੁਲ ਦੇ ਰਹਿਣ ਵਾਲੇ ਹਾਂ ਅਤੇ ਮੇਰੇ ਬਾਪ ਦਾਦੀ ਸ਼ੁਰੂ ਤੋਂ ਜਿਹੜੇ ਹੈਗੇ ਹੰਟਰ ਡੋਗ ਰੱਖਦੇ ਸੀ ਸ਼ਿਕਾਰੀ ਡੋਗ ਰੱਖਦੇ ਸੀਗੇ ਹੈ ਅਤੇ ਉਹੀ ਫਿਰ ਬਲੱਡ ਲਾਈਨ ਦੇ ਵਿੱਚ ਸਾਡੇ ਉਹੀ ਸ਼ਿਕਾਰ ਵਾਲਾ ਕੰਮ ਕੁੱਤੇ ਰੱਖਣੇ ਜਾਨਵਰਾਂ ਦੇ ਨਾਲ ਰਹਿਣਾ ਅਤੇ ਮੈਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਨੇ ਆਪਣੀਆਂ 2 ਗਵਰਨਮੈਂਟ ਜੋਬਸ ਨੂੰ ਲੈਫਟ ਕੀਤਾ ਅਤੇ ਮੈਂ ਮਦਰਾਸ ਚਲਾ ਗਿਆ ਉੱਥੋਂ ਮੈਂ ਟ੍ਰੇਨਿੰਗ ਕੀਤੀ ਜਿਹੜੀ ਹੈਗੀ ਡੋਗ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਅੰਦਰ ਜਜ਼ਬਾ ਸੀਗਾ ਕੁਝ ਕਰਨ ਦਾ ਕੁਝ ਡੋਗ ਰੱਖੇ ਹੋਏ ਸੀ ਸਾਡੇ ਗ੍ਰੇਡਨ ਰੱਖੇ ਸੀ ਵੱਡੇ 3-4 ਡੋਗ ਸੀ ਸਾਡੇ ਕੋਲ ਪਾਪਾ ਜੀ ਨੇ ਮੇਰੇ ਰੱਖੇ ਹੋਏ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਹਾਂ ਯਾਰ ਮੈਂ ਜਦ ਪਟਿਆਲੇ ਆਇਆ ਤਾਂ ਮੈਨੂੰ ਲੱਗਿਆ ਕਿ ਯਾਰ ਇੱਥੇ ਤਾਂ ਡੋਗ ਬਹੁਤ ਨੇ ਮਤਲਬ ਹੋਰ ਤਾਂ ਕੋਈ ਮੇਰੇ ਖਿਆਲ 'ਚ ਦਿਖਦਾ ਨਹੀਂ ਵੈਟਰਨਰੀ ਹੋਸਪਿਟਲ ਦੇ ਵਿੱਚ ਡੰਗਰ ਅਤੇ ਡੋਗ ਹੀ ਡੋਗ ਜ਼ਿਆਦਾ ਹੈਗੇ ਆ ਤਾਂ ਮੈਨੂੰ ਲੱਗਿਆ ਕਿ ਯਾਰ ਇੱਥੇ ਬਰੀਡਿੰਗ ਕਰਨੀ ਚਾਹੀਦੀ ਮੈਂ ਬਰੀਡਿੰਗ ਦੇ ਵਿੱਚ ਆਇਆ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਇੱਥੇ ਕੋਈ ਟ੍ਰੇਨਰ ਨਹੀਂ ਹੈਗਾ ਬੈਸਟ ਟ੍ਰੇਨਰ ਜਿਹੜਾ ਕਿ ਹੈ ਨਾ ਮਤਲਬ ਮਾਰ ਕੁੱਟ ਕੇ ਕਰਾਉਣ ਵਾਲੇ ਟ੍ਰੇਨਿੰਗ ਜਿੱਦਾਂ ਕਿ ਕਰਿਊਟੀ ਯੂਜ਼ ਕਰਦੇ ਆ ਡੋਗ 'ਚ ਪਰ ਇਹ ਮੈਨੂੰ ਦੇਖਣਾ ਚੰਗਾ ਨਹੀਂ ਲੱਗਿਆ ਜੀ ਕਿਹੜੇ ਸਨ ਦੀ ਗੱਲ ਕਰ ਰਹੇ ਹੋ ਜੀ ਮੈਂ ਕਰ ਰਿਹਾ ਜੀ ਮੈਂ 2006 ਦੀ ਗੱਲ ਜਦ ਮੈਂ ਪਟਿਆਲਾ ਦੇ ਵਿੱਚ ਪੈਰ ਰੱਖਿਆ ਅਤੇ ਮੈਨੂੰ ਲੱਗਿਆ ਕਿ ਇਹ ਉਰੇ ਬੜੀ ਕਰਿਊਟੀ ਹੋ ਰਹੀ ਹੈਗੀ ਹੈ ਡੋਗਸ ਦੇ ਨਾਲ ਕੁੱਟ ਮਾਰ ਕੇ ਕਰਾਈ ਜਾ ਰਹੇ ਨੇ ਟ੍ਰੇਨਿੰਗਾਂ ਅਤੇ ਮੈਂ ਕਿਸੇ ਦੋ ਮੈਂ ਨਾਮ ਨਹੀਂ ਲਊਂਗਾ 2-3 ਟ੍ਰੇਨਰ ਨਾਲ ਮੈਨੇ ਗੱਲ ਕੀਤੀ ਉਹ ਕਹਿੰਦੇ ਭਾਅ ਜੀ ਬਿਨਾਂ ਕੁੱਤੇ ਦਾ ਕੁੱਤਾ ਟ੍ਰੇਨ ਹੁੰਦਾ ਹੀ ਨਹੀਂ ਹੈਗਾ ਆ ਅਤੇ ਮੈਨੇ ਕਿਹਾ ਯਾਰ ਅਸੀਂ ਤਾਂ ਆਪਣੇ ਬੱਚਿਆਂ ਵਾਂਗ ਰੱਖਦੇ ਹਾਂ ਕੁੱਤੇ ਤੁਸੀਂ ਸਾਡੇ ਸਾਹਮਣੇ ਤੁਸੀਂ ਡਾਂਗਾ ਮਾਰੋਗੇ ਜਾਂ ਠੋਡੇ ਮਾਰੋਗੇ ਇਹ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ
ਤੂੰ ਸਿੱਟ ਸਟੇ ਕਰਾਉਣੀ ਹੈ, ਮੈਂ ਤਾਂ ਟ੍ਰੇਨਰ ਨਹੀਂ ਹੈਗਾ ਪਰ ਮੈਂ ਕਰਾ ਸਕਦਾ, ਬਿਨਾਂ ਮਾਰੇ ਟ੍ਰੇਨ ਕਰ ਸਕਦਾ ਡੋਗ ਨੂੰ। ਮੈਨੇ ਉਹਦਾ ਡੋਗ ਫੜ ਕੇ ਬਿਠਾ ਕੇ ਉਸ ਟ੍ਰੇਨਰ ਦਾ ਦਿਖਾਇਆ ਵੀ ਪਿਆਰ ਨਾਲ ਵੀ ਹੋ ਸਕਦੇ ਨੇ। ਫਿਰ ਮੈਨੂੰ ਲੱਗਿਆ ਕਿ ਯਾਰ ਨਹੀਂ, ਮੈਨੂੰ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਕਰ ਲੈਣੀ ਚਾਹੀਦੀ ਹੈ। ਫਿਰ ਮੈਂ ਮਦਰਾਸ ਗਿਆ, ਮਦਰਾਸ ਤੋਂ ਟ੍ਰੇਨਿੰਗ ਕੀਤੀ। ਪਿਛਲੇ 14 ਸਾਲ ਤੋਂ ਫਿਰ ਮੈਂ ਲਗਾਤਾਰ ਇੱਥੇ ਮੈਂ ਟ੍ਰੇਨਿੰਗ ਕਰਾਉਂਦਾ ਆਇਆ, ਡੋਰ ਟੂ ਡੋਰ ਆਪਣੀ ਟ੍ਰੇਨਿੰਗ ਦਿੰਦਾ ਰਿਹਾ ਹੈਗਾ, ਕੁਛ ਫੇਸਬੁੱਕ 'ਤੇ ਆਪਣੀ ਵੀਡੀਓਜ਼ ਪਾਉਂਦਾ ਰਿਹਾ, ਯੂਟਿਊਬ 'ਤੇ ਪਾਉਂਦਾ ਰਿਹਾ। ਤੁਸੀਂ ਭਾਜੀ ਡੋਗਸ ਦੀ ਟ੍ਰੇਨਿੰਗ ਸਿਖਾਉਂਦੇ ਵੀ ਹੋ, ਮਤਲਬ ਕਿ ਜੇ ਕੋਈ ਇੰਟਰਸਟਡ ਹੁੰਦਾ ਹੈ ਜਿਵੇਂ? ਜੀ ਬਿਲਕੁਲ ਜੀ, ਜਿੱਦਾਂ ਵੀ ਮੇਰੇ ਕੋਲ ਹੁਣ ਆਉਂਦੇ ਹੈਗੇ, ਇੱਕ ਹਿਮਾਚਲ ਤੋਂ ਮੁੰਡਾ ਸੀਗਾ ਸੋਨੂ, ਉਹ ਕਹਿੰਦਾ ਭਾਜੀ ਮੈਂ ਇੱਕ ਗਰੀਬ ਘਰ ਤੋਂ ਹੈਗਾ ਹਾਂ ਅਤੇ ਮੈਨੂੰ ਰੋਟੀ ਦਾ ਗੁਜ਼ਾਰਾ ਮਸਾਂ ਹੁੰਦਾ ਹੈ ਅਤੇ ਮੈਨੂੰ ਡੋਗਸ ਨਾਲ ਬੜਾ ਸ਼ੌਕ ਹੈ, ਅਤੇ ਤੁਸੀਂ ਜੇ ਮੇਰੇ 'ਤੇ ਹੱਥ ਰੱਖ ਦਵੋ। ਅਤੇ ਮੈਂ ਉਹਨਾਂ ਨੂੰ ਜੋ ਟਿਪਸ ਸੀਗੀਆਂ ਜੋ ਉਹਨਾਂ ਨੂੰ ਮੈਂ ਦੱਸਿਆ ਉਹ ਦਿੱਤੇ, ਅਤੇ ਅੱਜ ਉਹ ਬੰਦਾ ਮਤਲਬ ਐਂ ਵਧੀਆ ਨੋਟ ਕਮਾ ਰਿਹਾ ਹੈਗਾ, ਗੱਡੀ ਲਈ ਫਿਰਦਾ ਆ, ਵਿਆਹ ਵੀ ਕਰਾ ਲਿਆ ਮੁੰਡੇ ਨੇ। ਅਤੇ ਇੱਕ ਅੰਮ੍ਰਿਤਸਰ ਸੀਗਾ ਲੜਕਾ, ਇੱਕ ਉਹਨੂੰ ਸਿਖਾਇਆ ਮੈਂ, ਮਤਲਬ ਦੋ ਲੜਕਿਆਂ ਨੂੰ ਮੈਨੇ ਜਿਹੜਾ ਹੈ ਆਪਣਾ ਗੁਣ ਦਿੱਤਾ ਹੈਗਾ ਆ, ਇਹ ਜਿੰਨਾ ਗੁਣ ਹੈਗਾ ਵਧਾਓ, ਇਹਨੂੰ ਵੰਡੋ ਯਾਰ। ਮੈਂ ਤਾਂ ਕਹਿੰਦਾ ਜਿਹਨੇ ਪੁੱਛਣਾ ਜੋ ਕੁਛ ਸਿੱਖਣਾ ਮੇਰੇ ਕੋਲ ਆਓ। ਵੈਸੇ ਮੈਂ ਆਪਣੀ ਬਲੌਗਿੰਗ ਕਰਦਾ ਰਹਿੰਦਾ, ਯੂਟਿਊਬ 'ਤੇ ਚੈਨਲ 'ਤੇ ਸੈਂਟਸ ਕਰਦਾ ਰਹਿੰਦਾ ਹਾਂ ਕਿ ਯਾਰ ਕਿੱਦਾਂ ਕੰਟਰੋਲ ਕਰਨਾ, ਕਿੱਦਾਂ ਕੀ ਕਰਨਾ। ਮੇਰਾ ਯੂਟਿਊਬ ਚੈਨਲ ਦਾ ਨਾਮ ਹੈਗਾ ਜੀ ਰਿਸ਼ੀ ਥਾਪਰ ਡੋਗ ਟ੍ਰੇਨਰ। ਫੇਸਬੁੱਕ 'ਤੇ ਵੀ ਮੇਰੀ ਆਈ ਡੀ ਹੈਗੀ ਹੈ ਰਿਸ਼ੀ ਥਾਪਰ, ਇੰਸਟਾਗ੍ਰਾਮ 'ਤੇ ਵੀ ਹੈਗੀ ਹੈ ਜੀ ਰਿਸ਼ੀ ਥਾਪਰ, ਅਤੇ ਡਿਸਕ੍ਰਿਪਸ਼ਨ ਟਵਿੱਟਰ 'ਤੇ ਵੀ ਭਾਜੀ ਕਰ ਰਿਹਾ, ਸਾਡੀ ਡਿਸਕ੍ਰਿਪਸ਼ਨ ਹੈ, ਥੱਲੇ ਸਕਰੋਲ ਕਰੋਗੇ ਨਾ ਜਦੋਂ ਬੈਲ ਆਈਕਨ ਦੱਬ ਦੋਗੇ, ਸਾਡਾ ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਜਦੋਂ ਦੱਬ ਦੋਗੇ ਥੱਲੇ ਆਉਂਗੇ ਨਾ ਡਿਸਕ੍ਰਿਪਸ਼ਨ ਦੇ ਵਿੱਚ ਰਿਸ਼ੀ ਥਾਪਰ ਜੀ ਦਾ ਪੂਰਾ ਐਡਰੈਸ ਮਿਲ ਜਾਏਗਾ, ਇੰਸਟਾਗ੍ਰਾਮ ਫੇਸਬੁੱਕ ਯੂਟਿਊਬ ਅਤੇ ਟਵਿੱਟਰ। ਅਤੇ ਭਾਅ ਜੀ ਮੈਨੂੰ ਇੱਕ ਗੱਲ ਹੋਰ ਦੱਸੋ, ਤੁਸੀਂ ਟ੍ਰੇਨਿੰਗ ਕੁੱਤਿਆਂ ਦੀ ਜ਼ਰੂਰ ਕਰਾਈ ਹੈ, ਮੈਂ ਵੀ ਦੇਖਿਆ ਵੀ ਤੁਸੀਂ ਬਰਡਸ ਵੀ ਰੱਖੇ ਹੋਏ ਨੇ, ਇਹ ਬਰਡਸ ਰੱਖਣ ਦਾ ਵੀ ਕਾਰਨ ਇਸ ਕਰਕੇ ਸੀ ਕਿ ਜਾਨਵਰਾਂ ਲਗਾ ਜੀ। ਮੇਰੀ ਨਾ ਇੱਕ ਗੱਲ ਵਿੱਚ ਰਹਿ ਗਈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ। ਮਦਰਾਸ ਤੋਂ ਬਾਅਦ ਨਾ ਹੁਣ ਵੀ ਮੈਨੂੰ ਇਹ ਫੀਲ ਹੋਇਆ ਕਿ ਤੇ ਮੇਰੇ 'ਚ ਕੁਛ ਕਮੀ ਰਹਿ ਗਈ ਹੈਗੀ ਟ੍ਰੇਨਿੰਗ ਦੀ। ਤਾਂ ਹੁਣ ਮੈਂ ਹਜੇ ਕੁਛ ਹੀ ਮੇਰੇ ਖਿਆਲ 'ਚ 8-10 ਮਹੀਨੇ ਹੀ ਹੋਏ ਆ, ਮੈਂ ਬੈਂਕੋਕ ਚਲਾ ਗਿਆ ਸੀਗਾ ਲੋਕਡਾਊਨ ਤੋਂ ਪਹਿਲਾਂ। ਤਾਂ ਬੈਂਕੋਕ ਦੇ ਵਿੱਚ ਜਾ ਕੇ ਮੈਂ ਸਪੈਸ਼ਲ ਇਹਨਾਂ ਦੀ ਕਲਾਸ ਲਗਾਈ ਆ, ਫ੍ਰਿਸ਼ਜ਼ ਔਰ ਗਾਰਡ ਡੋਗਸ ਦੇ ਉੱਪਰ ਕੰਮ ਕੀਤਾ ਮੈਂ ਉਹਦੇ 'ਤੇ। ਸਾਡੇ ਇੰਡੀਆ ਦੇ ਵਿੱਚ ਇੰਨੀ ਤਕੜੀ ਟ੍ਰੇਨਿੰਗ ਨਹੀਂ ਹੈ ਜਿੰਨੀ ਤਕੜੀ ਟ੍ਰੇਨਿੰਗ ਉੱਧਰ ਬੈਂਕੋਕ ਸਾਈਡ ਹੈਗੀ ਆ। ਮਤਲਬ ਮੈਂ ਉੱਥੇ ਜਾ ਕੇ ਉਹ ਸੈਮੀਨਾਰਸ ਅਟੈਂਡ ਕੀਤੇ ਹੈਗੇ ਆ, ਅਤੇ ਹੁਣ ਮੇਰੇ ਅੰਦਰ ਬੜਾ ਤਕੜਾ ਜਜ਼ਬਾ ਜਾ ਗਿਆ। ਮੇਰੀ ਹੁਣ ਯੂਟਿਊਬ 'ਤੇ ਫਿਰ ਇੱਕ ਵੀਡੀਓ ਵਾਇਰਲ ਹੋਈ ਹੈਗੀ ਹੈ ਪਿਟਬੁੱਲ, ਹਾਊ ਟੂ ਅਨਲੋਕ ਅ ਪਿਟਬੁੱਲ ਜਾ, ਕਿਉਂਕਿ ਪੰਜਾਬ ਦੇ ਵਿੱਚ ਨਾ ਲੋਕ ਇੰਡੀਆ ਦੇ ਵਿੱਚ ਬੜੇ ਸਹਿਮੇ ਹੋਏ ਸੀਗੇ ਪਿਟਬੁੱਲ ਦੇ ਹਮਲਿਆਂ ਤੋਂ, ਲੋਕ ਬੱਚਿਆਂ ਨੂੰ ਫੜੀ ਜਾਂਦਾ ਸੀਗਾ ਆ ਅਤੇ ਡੰਗਰਾਂ ਨੂੰ ਫੜੀ ਜਾਂਦਾ ਸੀ ਜਾਨਵਰਾਂ ਨੂੰ। ਅਤੇ ਮੈਂ ਦੱਸਿਆ ਉਹਦੇ ਵਿੱਚ ਇੱਕ ਬੜਾ ਈਜ਼ੀ ਤਰੀਕੇ ਨਾਲ ਸਲਿਊਸ਼ਨ ਕਿ ਅਸੀਂ ਅਗਰ ਜੇ ਕਿਸੇ ਪਿਟਬੁੱਲ ਨੇ ਆ ਅਨਦਰ ਡੋਗ ਨੇ ਕਿਸੇ ਨੇ ਲੌਕ ਕੀਤਾ ਹੋਇਆ ਕਿਸੇ ਜਾਨਵਰ ਨੂੰ ਜਾਂ ਕਿਸੇ ਇਨਸਾਨ ਨੂੰ, ਤਾਂ ਅਸੀਂ ਕਿੱਦਾਂ ਖੋਲ ਸਕਦੇ ਹਾਂ। ਤੁਸੀਂ ਦਰਸ਼ਕੋ ਮੇਰੀ ਉਹ ਵੀਡੀਓ ਜ਼ਰੂਰ ਦੇਖਣਾ ਹੈਗਾ ਯੂਟਿਊਬ ਦੇ ਉੱਪਰ, ਹਾਊ ਟੂ ਅਨਲੋਕ ਅ ਪਿਟਬੁੱਲ ਜਾ। ਉਹਦੇ ਵਿੱਚ ਤੁਹਾਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਇੱਕ ਅਗਰੈਸਿਵ ਡੋਗ ਨੂੰ ਆਪਣੇ ਆਪ ਨੂੰ ਛੁਡਵਾਉਣ ਦਾ ਤਰੀਕਾ ਦੱਸਿਆ ਗਿਆ ਉਹਦੇ ਵਿੱਚ, ਜਿੱਦਾਂ ਇੱਕ ਪੈਨਸਿਲ ਯੂਜ਼ ਕਰ ਸਕਦੇ ਹਾਂ, ਇੱਕ ਚਾਬੀ ਯੂਜ਼ ਕਰ ਸਕਦੇ ਹਾਂ, ਇੱਕ ਸਟਿੱਕ ਯੂਜ਼ ਕਰ ਸਕਦੇ ਹਾਂ, ਉਹ ਜ਼ਰੂਰ ਦੇਖਿਓ ਤੁਸੀਂ। ਬਸ ਇਹ ਹੈ ਜੀ, ਮੈਂ ਤੁਹਾਨੂੰ ਦੱਸਣਾ ਇੱਕ ਮੈਨੂੰ ਵੀਡੀਓ ਤਾਂ ਜ਼ਰੂਰ ਅਸੀਂ ਦਿਖਾ ਹੀ ਰਹੇ ਹਾਂ ਵੈਸੇ ਵਿੱਚ। ਇੱਕ ਵੈਸੇ ਤੁਸੀਂ ਦੱਸ ਦਿਓ ਵੀ ਜੇ ਕੋਈ ਕੁੱਤਾ ਵੱਢ ਲੈਂਦਾ ਹੈ ਨਾ, ਵੀ ਜਾਂ ਕੁਛ, ਉਹ ਪਹਿਲਾਂ ਉਹ ਕਹਿੰਦੇ ਸੀ 14 ਇੰਜੈਕਸ਼ਨ ਧੁੰਨੀ 'ਚ ਲੱਗਦੇ ਹੁੰਦੇ ਸੀਗੇ ਜਿੱਥੇ ਆਪਣੀ ਹੁੰਦੀ ਹੈ ਨਾ, ਅੱਜ ਕੱਲ੍ਹ ਉਹਦਾ ਅਗਰ ਕੋਈ ਕੁੱਤਾ ਜਾਂ ਕੋਈ ਡੋਗ ਜਾਂ ਕੋਈ ਵੀ ਹੈ ਜਾਂ ਹਲਕਿਆ ਹੋਇਆ ਕਿਸੇ ਵੀ ਇਨਸਾਨ ਨੂੰ ਬੱਚੇ ਨੂੰ ਵੱਢ ਲੈਂਦਾ, ਉਹਦਾ ਸਿੰਪਲ ਸਲਿਊਸ਼ਨ ਕੀ ਹੈਗਾ? ਘਰੇ ਰੈਮਡੀ, ਆਪਾਂ ਹੋਮ ਰੈਮਡੀ ਦੀ ਗੱਲ ਕਰ ਰਹੇ ਹਾਂ। ਬਹੁਤ ਅੱਛਾ ਸਵਾਲ ਹੈ ਸਰ ਤੁਹਾਡਾ। ਦੇਖੋ ਗੱਲ ਇਹ ਹੈ ਕਿ ਦੇਖੋ ਹਰ ਕੁੱਤਾ ਤਾਂ ਹਲਕਿਆ ਹੋਇਆ ਹੁੰਦਾ ਨਹੀਂ ਹੈਗਾ। ਲੋਕਾਂ ਨੂੰ ਵਹਿਮ ਹੈ ਕਿ ਕੁੱਤੇ ਨੇ ਵੱਢ ਲਿਆ ਜੀ ਹੁਣ ਧੁੰਨੀ ਦੇ ਵਿੱਚ ਇੰਨੇ ਇੰਜੈਕਸ਼ਨ ਲੱਗਣੇ ਲੱਗਣੇ ਆ, ਪਰ ਇੱਦਾਂ ਦੀ ਕੋਈ ਉਹ ਨਹੀਂ ਹੈ, ਮਿੱਥੇ ਆ ਜਸਟ ਇਹ। ਨਾ ਹਲਦੀ ਲਾਓ ਜੀ, ਨਾ ਤੇਲ ਲਾਓ, ਨਾ ਲਾਓ ਮਿਰਚਾਂ। ਸਿਰਫ ਕੀ ਹੈ, ਜਦ ਤੁਹਾਨੂੰ ਡੋਗ ਨੇ ਵੱਢ ਲਿਆ, ਸਾਰਿਆਂ ਨੂੰ ਪਹਿਲਾਂ ਟੂਟੀ ਦੇ ਥੱਲੇ ਜਾ ਕੇ ਆਪਣੇ ਜ਼ਖਮ ਨੂੰ ਕਰੋ ਅਤੇ 10-20 ਵਾਰੀ ਉਹਨੂੰ ਚੰਗੀ ਤਰ੍ਹਾਂ ਜ਼ੋਰ ਨਾਲ ਉਹਨੂੰ ਸਾਬਣ ਨਾਲ ਰਗੜ ਰਗੜ ਕੇ ਧੋਵੋ, ਤਾਂ ਕਿ ਜੇ ਕੋਈ ਹਲਕਿਆ ਹੋਇਆ ਕੁੱਤਾ, ਕੋਈ ਰੈਬਿਸ ਵਾਲਾ ਕੁੱਤਾ ਹੈਗਾ ਆ, ਉਹਦਾ ਸਲਾਈਵਾ ਸਾਡੇ ਬੋਡੀ ਦੇ ਵਿੱਚੋਂ, ਖੂਨ ਦੇ ਵਿੱਚੋਂ ਨਿਕਲ ਜਾਵੇ, ਅਤੇ ਜਾ ਕੇ ਫਿਰ ਜੇ ਤਾਂ ਰੈਬਿਸ ਵਾਲਾ ਹੈਗਾ ਡੋਗ, ਫਿਰ ਤਾਂ ਸਮਝ ਆਉਂਦੀ ਹੈ ਜੋ ਉਹਨਾਂ ਦੀ ਬਣਦੀ ਹੈ ਇੱਕ ਐਂਟੀ ਰੈਬਿਸ ਇੰਜੈਕਸ਼ਨ ਲੱਗਦੇ ਆ, ਉਹ ਲੱਗਣੇ ਲੱਗਣੇ ਹੈਗੇ ਆ, ਪਰ ਉਹ ਧੁੰਨੀਆਂ ਦੇ ਵਿੱਚ ਨਹੀਂ ਲੱਗਣ ਵਾਲਾ, ਉਹਦਾ ਸਿਸਟਮ ਹੀ ਖਤਮ ਹੋ ਗਿਆ। ਇੱਕ ਤਾਂ ਅੱਜ ਕੱਲ੍ਹ ਤਾਂ ਬੜੇ 1-2 ਇੰਜੈਕਸ਼ਨਾਂ ਦੇ ਵਿੱਚ ਫਾਰਗ ਹੋ ਜਾਂਦਾ ਬੰਦਾ, ਅਤੇ ਜੇ ਤੁਹਾਨੂੰ ਇੱਕ ਗਲੀ ਦੇ ਵਿੱਚ ਡੋਗ ਨੇ ਜਾਂ ਕਿਸੇ ਸੂਈ ਹੋਈ ਕੁੱਤੀ ਨੇ ਕੱਟ ਲਿਆ ਆ, ਤਾਂ ਫਿਰ ਉਹ ਐਡੀ ਡਰਨ ਵਾਲੀ ਗੱਲ ਨਹੀਂ, ਕੋਈ ਇੰਜੈਕਸ਼ਨ ਲਗਵਾਉਣ ਦੀ ਜ਼ਰੂਰਤ ਨਹੀਂ ਹੈ, ਜਸਟ ਆਪਣੇ ਜ਼ਖਮ ਨੂੰ ਚੰਗੀ ਤਰ੍ਹਾਂ ਧੋ ਕੇ, ਦੈਟਸ ਆਲ, ਹੋਰ ਕੁਛ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ ਆ। ਵਿੱਚ ਨਾ ਇੱਕ ਤੁਸੀਂ ਬੜਾ ਵਰਡ ਮੈਂ ਵੀ ਸਵਾਲ ਦੇ ਵਿੱਚ, ਰੇਬੀਜ਼ ਹੈ, ਰੇਬੀਜ਼ ਹੈ ਕੀ ਅਸਲ ਦੇ ਵਿੱਚ? ਰੈਬਿਸ ਇਹ ਹੈ ਜੀ, ਇਹਦਾ ਨਾ ਜਿਹੜਾ ਰੈਬਿਸ ਦਾ ਕੀਟਾਣੂ ਹੈ ਉਹ ਬੁਲਟ ਦੀ ਸ਼ੇਪ ਦੇ ਵਿੱਚ ਹੁੰਦਾ ਤਿੱਖਾ, ਉਹਦੀ ਸਪੀਡ ਬੜੀ ਤੇਜ਼ ਹੁੰਦੀ ਆ। ਜੇ ਅੱਜ ਮੰਨ ਲਓ ਪੈਰ ਦੇ ਉੱਪਰ ਵੱਢਿਆ ਗਿੱਟੇ 'ਤੇ ਵੱਢ ਲਿਆ ਕਿਸੇ ਰੈਬਿਸ ਵਾਲੇ ਡੋਗ ਨੇ ਕਿਸੇ ਇਨਸਾਨ ਨੂੰ, ਅਤੇ ਉਹਨੂੰ ਟਾਈਮ ਲੱਗਦਾ
ਫਿੱਟ ਪੈਣੇ ਸਟਾਰਟ ਹੋ ਜਾਂਦੇ, ਜਿਹਨੂੰ ਅਸੀਂ ਕਹਿੰਦੇ ਹਾਂ ਰੈਬਿਸ ਦਾ ਸ਼ਿਕਾਰ ਹੋ ਗਿਆ, ਫਿਰ ਉਹਦਾ ਕੋਈ ਸਲਿਊਸ਼ਨ ਨਹੀਂ ਹੈ, ਨਥਿੰਗ ਟੂ ਐਲਸ। ਮਤਲਬ ਕਿ ਜੇ ਆਪਾਂ ਦੇਖਣਾ ਹੋਵੇ ਵੀ ਕੁੱਤੇ ਨੂੰ ਰੈਬਿਸ ਹੈ, ਜਿਵੇਂ ਕਹਿੰਦੇ ਨੇ ਉਹ ਰਾਲਾਂ ਲਟਕਾਉਣ ਲੱਗ ਜਾਂਦਾ, ਜੇ ਉਹ ਰਾਲਾਂ ਨਹੀਂ ਲਟਕਾਉਂਦਾ ਤਾਂ ਉਹਦੇ ਲੱਛਣ ਕੀ ਹੁੰਦੇ ਨੇ ਕਿ ਜਿਹਨੂੰ ਰੈਬਿਸ ਹੈ? ਜੀ ਜੀ, ਬਹੁਤ ਅੱਛਾ ਕੁਐਸਚਨ ਹੈ ਜੀ। ਦੇਖੋ ਗੱਲ ਇੱਦਾਂ ਆ, ਜਦ ਇੱਕ ਡੋਗ ਪਾਗਲ ਹੋ ਜਾਂਦਾ ਉਹਦੇ ਵਿੱਚ ਰੈਬਿਸ ਦੇ ਕੀਟਾਣੂ ਹੁੰਦੇ ਨੇ ਉਹਦੇ ਵਿੱਚ, ਅਤੇ ਦੂਜੇ ਕੁੱਤੇ ਹੀ ਦੇਖ ਕੇ ਨਾ ਉਹਨੂੰ ਉਸ ਤੋਂ 15-20 ਫੁੱਟ ਦੇ ਉੱਪਰ ਖੜ ਕੇ ਉਹਨੂੰ ਭੌਂਕਦੇ ਨੇ। ਜੇ ਉਹ ਕਮਲਿਆਂ ਵਾਂਗ ਉਹਨੂੰ ਕੱਟਣ ਜਾਂਦੇ ਨਾ ਅਤੇ ਸਾਰੇ ਕੁੱਤੇ ਸਾਈਡ 'ਤੇ ਹੋ ਜਾਂਦੇ। ਕੁੱਤਿਆਂ ਦੇ ਵਿੱਚ ਇੰਨੀ ਬੁੱਧੀ ਹੁੰਦੀ ਹੈ, ਇੰਨੀ ਸੈਂਸ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਰੈਬਿਸ ਵਾਲਾ ਡੋਗ ਹੈ, ਅਸੀਂ ਇਹਦੇ ਕੋਲ ਨਹੀਂ ਜਾਣਾ ਹੈਗਾ ਆ, ਪਹਿਲਾਂ ਸਾਨੂੰ ਇਹ ਤੋਂ ਸਿਮਟਮ ਪਹਿਚਾਣ ਲੈਣਾ ਚਾਹੀਦਾ ਹੈਗਾ ਆ। ਜੇ ਕੋਈ ਗਲੀ ਦਾ ਕੁੱਤਾ, ਕੋਈ ਹੋਰ ਇਹਨਾਂ ਦਾ ਕੁੱਤਾ ਆਉਂਦਾ ਤਾਂ ਦੂਜੇ ਕੁੱਤੇ ਨੂੰ ਢਾ ਲੈਂਦੇ ਨੇ, ਵੜਦੇ ਨੇ, ਕੱਟਦੇ ਨੇ ਬਹੁਤ ਬੁਰੀ ਤਰੀਕੇ ਨਾਲ। ਰੈਬਿਸ ਵਾਲੇ ਕੁੱਤੇ ਦੇ ਕੋਲ ਕੋਈ ਵੀ ਇਹਨਾਂ ਦਾ ਡੋਗ ਸਟ੍ਰੇਟ ਡੋਗ ਨੇੜੇ ਨਹੀਂ ਜਾਊਗਾ। ਸੈਕਿੰਡਲੀ ਥਿੰਗ, ਉਹਦੇ ਵਾਲ ਖੜ੍ਹੇ ਹੋਣਗੇ ਬਾਡੀ ਦੇ ਉੱਪਰ, ਜਿਹੜਾ ਰੈਬਿਸ ਦਾ ਸ਼ਿਕਾਰ ਕੁੱਤਾ ਹੋਊਗਾ ਉਹਦੇ ਮੂੰਹ 'ਚੋਂ ਲਾਲਾਂ ਗਿਰਦੀਆਂ ਹੋਣਗੀਆਂ, ਉਹਨੂੰ ਪਾਣੀ ਨੂੰ ਦੇਖ ਕੇ ਫਿੱਟ ਪੈਣੇ ਸਟਾਰਟ ਹੋ ਜਾਂਦੇ ਨੇ। ਜੇ ਤੁਸੀਂ ਹੈ 3 ਦਿਨਾਂ ਦੇ ਅੰਦਰ ਅੰਦਰ ਉਹ ਕੁੱਤਾ ਮਰ ਜਾਂਦਾ, ਮੰਨ ਲਓ ਕੋਈ ਰੈਬਿਸ ਦਾ ਤੁਹਾਨੂੰ ਲੱਗਦਾ ਸਾਨੂੰ ਕਿ ਰੈਬਿਸ ਵਾਲਾ ਹੈਗਾ ਡੋਗ, ਤੁਸੀਂ ਉਸਦੇ ਧਿਆਨ ਰੱਖੋ, 2-3 ਦਿਨਾਂ ਦੇ ਅੰਦਰ ਅੰਦਰ ਉਹਦੀ ਡੈਥ ਹੋ ਜਾਂਦੀ ਹੈ ਡੋਗ। ਇਸ ਦੇ ਨਾਲ ਹੁਣ ਜੁੜਵਾਂ ਇੱਕ ਹੋਰ ਸਵਾਲ ਹੈ ਮੇਰਾ ਵੀ, ਜੇ ਕੋਈ ਕੁੱਤਾ ਆਪਾਂ ਨੂੰ ਗਲੀ ਦੇ ਵਿੱਚ ਦਿਖਦਾ ਹੈ ਜਾਂ ਕੋਈ ਬਿਮਾਰ ਹੈ ਜਿਹਨੂੰ ਕੋਈ ਕੀੜੇ ਪੈ ਜਾਂਦੇ ਨੇ, ਕਿ ਕੋਈ ਸੰਸਥਾ ਤੁਹਾਡੀ ਵੀ ਇਹੋ ਜਿਹੀ ਹੈਗੀ ਹੈ ਵੀ ਜਿਹੜੀ ਡੋਰ ਟੂ ਡੋਰ ਜਾ ਕੇ ਜਾਂ ਕੁਛ ਐਵੇਂ NGO ਦੇ ਨਾਲ ਤੁਹਾਡੇ ਸੰਪਰਕ ਹੈਗੇ ਨੇ ਵੀ ਜਿਹਨਾਂ ਨੂੰ ਸੰਪਰਕ ਕੀਤਾ ਜਾਵੇ, ਕੀੜੇ ਪੇ ਡੋਗ ਸਮੈਲ ਆਉਂਦੀ ਹੈ ਬੜੀ, ਵੀ ਉਹਨਾਂ ਦਾ ਇਲਾਜ ਕਰ ਸਕਣ? ਦੇਖੋ ਜੀ, ਮੈਂ ਪਿਛਲੇ 15 ਸਾਲ ਤੋਂ ਮੈਂ ਇਹ ਬੇਜ਼ੁਬਾਨਾਂ ਨੂੰ ਟ੍ਰੇਨ ਕਰਕੇ ਹੀ ਆਪਣਾ ਜਿਹੜਾ ਹੈਗਾ ਰੋਜ਼ੀ ਰੋਟੀ ਚਲਾ ਰਿਹਾ ਹੈਗਾ ਆ, ਅਤੇ ਇਹਨਾਂ ਦਾ ਭਲਾ ਹੀ ਮੇਰੀ, ਮੈਨੂੰ ਇਹ ਲੱਗਦਾ ਕਿ ਪਰਮਾਤਮਾ ਨੇ ਉੱਪਰ ਵਾਲੇ ਨੇ ਮੇਰੀ ਡਿਊਟੀ ਲਗਾਈ ਇਹਨਾਂ ਦਾ ਭਲਾ ਕਰਨਾ, ਅਤੇ ਮੇਰੇ ਨਾਲ ਕਾਫੀ ਸੰਸਥਾਵਾਂ ਜੁੜੀਆਂ ਹੋਈਆਂ ਹੀ ਹੈ, ਮੇਰੇ ਨਾਲ ਨਹੀਂ, ਮੈਂ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਹੈਗਾ, ਜਿਹਦੇ ਵਿੱਚ ਇੱਕ ਵੋਇਸਲੈਸ ਗਾਰਡੀਅਨ ਵਾਲੇ ਹੈ, ਗਊ ਸੇਵਾ ਦਲ ਵਾਲੇ ਹੈਗੇ, ਜਿੰਨਾ ਮੇਰੇ ਕੋਲੋਂ ਹੁੰਦਾ ਮੈਂ 10% ਆਪਣੀ ਜਿਹੜੀ ਹੈਗੀ ਹੈ ਦਾਨ ਖਾਤੇ ਦੇ ਵਿੱਚ, ਜਿੰਨੀ ਵੀ ਇਨਕਮ ਆਉਂਦੀ ਹੈ ਮੈਨੂੰ ਮੈਂ 10% ਆਪਣੇ ਦਾਨ ਖਾਤੇ ਲਈ ਕੱਢਦਾ ਹਾਂ। ਉਹਦੇ ਵਿੱਚੋਂ ਜਿੰਨਾ ਵੀ ਮੇਰੇ ਕੋਲੋਂ ਹੁੰਦਾ, ਮੈਂ ਸ਼ੋਸ਼ਾ ਨਹੀਂ ਕਰਦਾ ਮੀਡੀਆ 'ਤੇ ਫੇਮਸ ਹੋਣ ਦੇ ਲਈ, ਮੈਂ ਦਿਖਾਉਂਦਾ ਨਹੀਂ ਕਿ ਮੈਂ ਕੀ ਕਰ ਰਿਹਾ ਜਾਨਵਰਾਂ ਲਈ, ਮੇਰੇ ਕੋਲ ਜੋ ਹੁੰਦਾ ਮੇਰੇ ਕੋਲ 2 ਗੁੱਡੀਆਂ ਜੀ ਛੋਟੀਆਂ ਉਹਨਾਂ ਨੂੰ ਲੈ ਕੇ, ਆਪਣੀ ਵਾਈਫ ਨੂੰ ਨਾਲ ਲੈ ਕੇ, ਮੈਂ ਲੈ ਕੇ, ਜਿੰਨਾ ਸਾਡੇ ਕੋਲ ਹੁੰਦਾ ਜੋ ਅਸੀਂ ਕਰਦੇ ਹਾਂ ਇਹਨਾਂ ਲਈ। ਬਟ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੀਚੇ ਮੈਂ ਇਹ ਨੰਬਰ ਜ਼ਰੂਰ ਦਊਂਗਾ ਗਊ ਸੇਵਾ ਦਲ ਵਾਲਿਆਂ ਦਾ ਅਤੇ ਵੋਇਸਲੈਸ ਗਾਰਡੀਅਨ ਵਾਲਿਆਂ ਦਾ, 2-3 ਸੰਸਥਾਵਾਂ ਦਾ ਹੋਰ ਨੰਬਰ ਦਊਂਗਾ। ਅਗਰ ਤੁਹਾਨੂੰ ਕਿਤੇ ਵੀ ਕੋਈ ਬੇਸਹਾਰਾ, ਕੋਈ ਇੰਜਰਡ ਪਸ਼ੂ ਜਾਂ ਕੋਈ ਵੀ ਜਾਨਵਰ ਦਿਖਦਾ ਤਾਂ ਨੀਚੇ ਤੁਸੀਂ ਸੰਪਰਕ ਕਰੋ, ਔਨ ਦੀ ਸਪੋਰਟ ਗੱਡੀ ਆਊਗੀ, ਉਹਦਾ ਫ੍ਰੀ ਟ੍ਰੀਟਮੈਂਟ ਕਰਕੇ ਜਾਊਗੀ ਆ। ਜੇ ਕਿਸੇ ਦੇ ਕੀੜੇ ਪੇ ਹੋਏ ਆ ਜਾਂ ਲੱਗਦਾ ਕੋਈ ਲਾਚਾਰ ਪਸ਼ੂ ਜਾਂ ਪ੍ਰਾਣੀ ਕੋਈ ਹੈਗਾ ਆ, ਅਤੇ ਉਸ ਕੰਟੈਕਟ ਉਹ ਨੰਬਰ ਤੁਹਾਨੂੰ ਦੇਵਾਂਗੇ, ਨੀਚੇ ਤੁਸੀਂ ਉਸ 'ਤੇ ਕੰਟੈਕਟ ਕਰ ਸਕਦੇ ਹੋ, ਔਨ ਦੀ ਸਪੋਰਟ ਉਸ 'ਤੇ ਐਕਸ਼ਨ ਲਿੱਤਾ ਜਾਂਦਾ ਜੀ। ਅਤੇ ਤੁਸੀਂ ਕੋਈ ਕੁੱਤੇ ਆਪਣੇ ਦੁਕਾਨ ਦੇ ਵਿੱਚ ਜਾਂ ਤੁਸੀਂ ਜਿਹੜੇ ਕੁੱਤੇ ਵੇਚਦੇ ਹੋ ਡਿਸਪਲੇ ਵਾਸਤੇ ਆਪਾਂ ਡੋਗਸ ਕਹਿ ਸਕਦੇ ਹਾਂ, ਉਹ ਕਿੰਨੇ ਕੁ ਰੱਖੇ ਹੋਏ ਨੇ ਜਾਂ ਕਿੰਨੇ ਕੁ ਤੁਸੀਂ ਵੇਚਣ ਲਈ ਇਸ ਟਾਈਮ ਘਰੇ ਰੱਖੇ ਹੋਏ ਨੇ ਜਾਂ ਕਿੰਨੇ ਕੁ ਆਲਰੇਡੀ ਤੁਹਾਡੇ ਲਾਈਨ ਅਪ ਨੇ? ਦੇਖੋ ਜੀ, ਗੱਲ ਇੱਦਾਂ ਆ, ਮੈਂ ਉਰੇ ਬੈਠਾ ਹਾਂ, ਮੇਰਾ ਕੰਮ ਹੈਗਾ ਟ੍ਰੇਨਿੰਗ ਦਾ, ਬਟ ਮੇਰੇ ਕੋਲ ਆਪਣੇ ਵੀ ਕੁਛ ਡੋਗ ਰੱਖੇ ਹੋਏ ਹੈ। ਜਦ ਕੋਈ ਸਾਡੇ ਕੋਲ ਡਿਮਾਂਡ ਕਰਦਾ ਹੈਗਾ ਕਿ ਆਹ ਡੋਗ ਚਾਹੀਦਾ, ਅਤੇ ਅਸੀਂ ਉਸਨੂੰ ਦੱਸਦੇ ਹਾਂ ਅਤੇ ਬੈਟਰ ਤਰੀਕੇ ਨਾਲ ਕਿੱਦਾਂ ਉਹਨੂੰ, ਮਤਲਬ ਬੱਚੇ ਨੂੰ ਪਾਲਣਾ ਹੈਗਾ, ਅਸੀਂ ਉਹਦੇ ਜੋ ਸਾਰੇ ਤਰੀਕੇ ਨਾਲ ਉਹਨੂੰ ਗਾਈਡ ਕਰਦੇ ਹਾਂ ਕਿ ਵੀ ABCD ਕਿੱਦਾਂ ਹੁੰਦਾ ਹੈਗਾ ਆ। ਡਿਸਪਲੇ ਦੇ ਉੱਪਰ ਅਸੀਂ ਉਰੇ ਜ਼ਿਆਦਾ ਡੋਗ ਨਹੀਂ ਰੱਖਦੇ ਹੈਗੇ ਹਾਂ, ਕੋਈ ਸਾਡੇ ਕੋਲ ਔਡਰ ਦੇ ਉੱਪਰ ਆਉਂਦਾ ਅਤੇ ਅਸੀਂ ਔਡਰ ਦੇ ਉੱਪਰ ਉਹਨਾਂ ਨੂੰ ਜ਼ਰੂਰ ਦੇ ਦੇਈਦਾ ਹੈਗਾ ਡੋਗ। ਅਤੇ ਹੁਣ ਤੁਸੀਂ, ਮੈਂ ਤੁਹਾਨੂੰ ਦਿਖਾ ਸਕਦਾ, ਇੱਕ ਕਿਸੇ ਦੇ ਔਡਰ 'ਤੇ ਕੋਈ VIP ਹੈਗਾ ਆ, ਔਡਰ 'ਤੇ ਉਹਨਾਂ ਨੇ ਇੱਕ ਇੰਡੀਅਨ ਸਪਿਟਸ ਮੰਗਾਇਆ ਹੈ ਬੱਚਾ, ਉਹ ਕਹਿੰਦੇ ਸਾਨੂੰ, ਅਸੀਂ ਨਹੀਂ, ਸਾਨੂੰ ਚਾਹੀਦਾ ਹੈਗਾ ਇੱਕ ਛੋਟਾ ਪਿੱਲਾ ਜਿਹੜਾ ਘਰ ਦੇ ਵਿੱਚ ਗਾਰਡ ਵੀ ਕਰੇ ਅਤੇ ਸਾਡੇ ਪਰਿਵਾਰ ਦੇ ਨਾਲ ਫਰੈਂਡਲੀ ਵੀ ਰਹੇ, ਅਤੇ ਇਹ ਇੰਡੀਅਨ ਸਪਿਟਸ ਦਾ ਬੱਚਾ ਹੈਗਾ ਜੀ। ਇਹ ਅੱਜ ਹੋ ਗਿਆ ਜੀ, ਇਹ 35 ਡੇਜ਼ ਦਾ ਹੋ ਗਿਆ ਹੈਗਾ ਬੱਚਾ, ਅਤੇ ਬਸ ਉਹ ਕਹਿੰਦੇ ਕਿ ਸਾਨੂੰ ਇੱਕ ਛੋਟਾ ਚਾਹੀਦਾ ਬੱਚਾ, ਅਤੇ ਅਸੀਂ ਤਾਂ ਜਿਹੜੇ ਹੈਗੇ ਹਾਂ ਅਸੀਂ ਜ਼ਿਆਦਾਤਰ ਅਸੀਂ ਵੇਚਦੇ ਹਾਂ 2.5-3 ਮਹੀਨੇ ਦਾ ਬੱਚਾ ਕਰਕੇ, ਹੈਲਦੀ ਕਰਕੇ ਬੱਚਾ, ਜੋ KCI ਦੇ ਨਿਯਮ ਹੈਗੇ ਨੇ, ਇੱਕ ਗਵਰਨਮੈਂਟ ਦੇ ਨਿਯਮ ਹੈਗੇ ਨੇ, ਉਹਦੇ ਅਕੋਰਡਿੰਗ ਅਸੀਂ ਬੱਚਾ ਸੇਲ ਕਰਦੇ ਨੇ। ਬਟ ਸਾਨੂੰ ਜਦ ਉੱਪਰੋਂ ਫਰਮਾਇਸ਼ਾਂ ਆਉਣ ਲੱਗ ਜਾਂਦੀਆਂ ਬੜੀਆਂ, ਮਤਲਬ ਫੋਰਸਫੁਲੀ ਕਿ ਸਾਨੂੰ ਬੱਚਾ ਹੀ ਛੋਟਾ ਚਾਹੀਦਾ, ਫਿਰ ਹੁਣ ਅਸੀਂ ਅਗਲੇ ਨੂੰ ਕਹਿੰਦੇ ਹਾਂ, ਦੇਖੋ ਜੀ ਗੱਲ ਇੱਦਾਂ ਹੈਗਾ ਆ, ਉਹ ਜਗ੍ਹਾ 'ਤੇ ਬੱਚਾ ਪਿਆ, ਜਾ ਕੇ ਤੁਸੀਂ ਆਪ ਚੱਕ ਸਕਦੇ ਹੋ, ਛੋਟੇ ਤੋਂ ਛੋਟਾ ਬੱਚਾ, ਫਿਰ ਉਹ ਲੋਕ ਪਤਾ ਨਹੀਂ ਕੀ ਉਹਨਾਂ ਨੂੰ ਆਦਤ ਹੈਗੀ ਆ, ਮਾਂ ਦਾ ਦੁੱਧ ਵੀ ਨਹੀਂ ਚੁੰਘਣ ਦਿੰਦੇ ਚੰਗੀ ਤਰੀਕੇ ਨਾਲ, ਅਤੇ ਬਸ ਉਹ ਲੈ ਆਉਂਦੇ ਨੇ। ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਬੱਚਾ ਚਾਹੀਦਾ, ਅਤੇ ਫਿਰ ਇਹ ਅੱਜ 35 ਡੇਜ਼ ਦਾ ਬੱਚਾ ਫਿਰ ਉਹਨਾਂ ਦੇ ਲਈ ਮੈਨੇ ਅੱਜ ਮੰਗਵਾਇਆ ਸੀ। ਮੈਂ ਇਹੀ ਗੱਲ ਕਰਦਾ, ਜਿਵੇਂ ਇਹ 35 ਡੇਜ਼ ਦਾ ਹੈ, ਇਸ ਬੱਚੇ ਦੀ ਜਾਂ ਇਸ ਤੋਂ ਛੋਟੇ ਬੱਚੇ ਦੀ ਜਿਹੜਾ ਜੰਮਦਾ ਹੈਗਾ, ਜਦੋਂ ਤੱਕ ਇਹ ਖੁਦ ਚੱਪਣ ਨਹੀਂ ਲੱਗ ਜਾਂਦੇ, ਦੰਦ ਨਹੀਂ ਲੱਗ ਜਾਂਦੇ, ਇਹੋ ਜਿਹੇ ਜਵਾਕਾਂ ਦੀ ਜਾਂ ਇਹੋ ਜਿਹੇ ਛੋਟੇ ਪਿੱਲੇ, ਜੇ ਆਪਾਂ ਪੰਜਾਬੀ 'ਚ ਵਰਡ ਵਰਤਦੇ ਹਾਂ, ਇਹਨਾਂ ਦੀ ਖੁਰਾਕ ਕੀ ਹੁੰਦੀ? ਤੁਸੀਂ ਜਿੱਦਾਂ ਜੇ ਇਹਨਾਂ ਦੀ ਮਦਰ ਨਹੀਂ ਹੈ, ਜਿਵੇਂ ਮਤਲਬ ਤੁਹਾਡੇ ਕੋਲ ਨੇ ਗਏ ਮਦਰ ਇਹਨਾਂ ਕੋਲ,
ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਭਰਾ ਰਾਤ ਨੂੰ 2 ਵਜੇ ਵੀ ਫੋਨ ਕਰ ਦੂੰਗਾ ਵੀਰ ਹਾਜ਼ਰ ਹੈ ਤੇਰੇ ਲਈ ਅਤੇ ਅਸੀਂ ਉਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਨਾ ਸਾਡੇ ਕੋਲ ਫੀਡਰ ਆਉਂਦੇ ਨੇ ਛੋਟੇ ਨਿੱਪਲ ਵਾਲੇ ਜਿੱਦਾਂ ਮਾਂ ਦੇ ਥਣਾਂ ਦੀ ਹੁੰਦੀ ਹੈ ਇਹਨਾਂ ਦੇ ਡੋਗ ਦੇ ਮਾਂ ਦੇ ਥਣਾਂ ਦੀਆਂ ਹੁੰਦੀਆਂ ਅਤੇ ਉੱਦਾਂ ਦੇ ਫੀਡਰ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰੋਡਕਟ ਪਿਆ ਹੈਗਾ ਬੇਬੀ ਮਿਲਕ ਤੋਂ ਲੈ ਕੇ ਸਟਾਰਟਰ ਫੀਡ ਤੱਕ ਦਾ ਅਤੇ ਅਸੀਂ ਉਹਨਾਂ ਨੂੰ ਦਿੰਦੇ ਹਾਂ ਸੈਰ ਇਹਨਾਂ ਦੇ ਜਿੱਦਾਂ ਬੱਚਿਆਂ ਦਾ ਸੈਰਲੈਕ ਹੁੰਦਾ ਇਹਨਾਂ ਦਾ ਵੀ ਇੱਕ ਡੋਗ ਦਾ ਵੀ ਸੈਰਲੈਕ ਆਉਂਦਾ ਹੈਗਾ ਅਸੀਂ ਉਹ ਦੱਸਦੇ ਹਾਂ ਫਿਰ ਉਹ ਫੀਡਰ ਦੇ ਵਿੱਚ ਪਾ ਕੇ ਬੱਚੇ ਨੂੰ ਦਿੱਤਾ ਜਾਂਦਾ ਅਤੇ ਬੱਚੇ 95% ਬਚ ਜਾਂਦੇ ਨੇ ਜੀ ਅਤੇ ਜਿਹੜੇ ਪੱਪੀ ਨੇ ਇਹਨਾਂ ਦੀ ਖੁਰਾਕ ਕੀ ਦੁੱਧ ਹੈ ਮੈਂ ਸਮਰਸ ਦੀ ਗੱਲ ਕਰਦਾ ਹੁਣ ਗਰਮੀਆਂ ਚੱਲ ਰਹੀਆਂ ਨੇ ਗਰਮੀਆਂ ਦੇ ਵਿੱਚ ਇਹੋ ਜਿਹੇ ਛੋਟੇ ਬੱਚਿਆਂ ਦੀ ਪਹਿਲੇ ਦਿਨ ਤੋਂ ਲੈ ਕੇ 2.5 ਮਹੀਨੇ ਤੱਕ ਜਾਂ 3 ਮਹੀਨੇ ਤੱਕ ਇਹਨਾਂ ਦੀ ਖੁਰਾਕ ਕੀ ਦੁੱਧ ਦਹੀਂ ਕੀ ਸਮਰਸ ਦੇ ਵਿੱਚ ਕੀ ਹੈ ਦੇਖੋ ਜੀ ਪਹਿਲਾਂ ਤਾਂ ਇਹ ਹੈ ਕਿ ਜੇ ਤਾਂ ਅਸੀਂ 2.5-3 ਮਹੀਨੇ ਦਾ ਬੱਚਾ ਚੱਕਦੇ ਹਾਂ ਉਹ ਆਪਣੇ ਮਦਰ ਦੀ ਫੀਡਿੰਗ ਕਰਨਾ ਬੰਦ ਕਰ ਦਿੰਦਾ ਹੈਗਾ ਉਹ ਹਾਰਡ ਫੂਡ ਲੈਣਾ ਸਟਾਰਟ ਕਰ ਦਿੰਦਾ ਦੰਦ ਆ ਜਾਂਦੇ ਆ ਉਹਦੇ ਵੈਕਸੀਨ ਵੀ ਹੋ ਜਾਂਦਾ ਜੀ ਉਹ ਅਤੇ ਜੇ ਅਸੀਂ ਕਰੀਏ ਮਹੀਨੇ ਦੇ ਬੱਚੇ ਦੀ ਗੱਲ ਤਾਂ ਮਹੀਨੇ ਦੇ ਬੱਚੇ ਨੂੰ ਆਪਣੇ ਮਾਂ ਦਾ ਦੁੱਧ ਪੀਣ ਲੈਣ ਦੇਣਾ ਚਾਹੀਦਾ ਹੈਗਾ ਘੱਟੋ ਘੱਟ ਨਹੀਂ ਹੈ ਜੇ ਸਾਨੂੰ ਬੱਚਾ ਖਰੀਦਣਾ ਕੋਈ 2.5-3 ਮਹੀਨੇ ਦਾ ਬੱਚਾ ਹੀ ਸਾਨੂੰ ਪਰਚੇਜ਼ ਕਰਨਾ ਚਾਹੀਦਾ ਹੈਗਾ ਆ ਬਟ ਲੋਕਾਂ ਦੀ ਜਿਹੜੀ ਹੈ ਦਿਮਾਗੀ ਮੈਂ ਕੀ ਕਹਿ ਸਕਦਾ ਉਹਨਾਂ ਦਾ ਜੋ ਇਹ ਸੋਚ ਹੈਗੀ ਹੈ ਕਿ ਨਹੀਂ ਜੀ 1 ਮਹੀਨੇ ਦਾ ਬੱਚਾ ਮੈਂ ਗਾਈਡ ਕਰਦਾ ਇਹਨਾਂ ਨੂੰ ਕਿ ਭਾਈ 1 ਮਹੀਨੇ ਦਾ ਬੱਚਾ ਨਾ ਲਓ ਯਾਰ ਮਰ ਜਾਂਦਾ ਆ ਮਾਂ ਤੋਂ ਵਿਛੋੜਾ ਨਾ ਕਰੋ ਉਸਨੂੰ ਘੱਟੋ ਘੱਟ ਨਹੀਂ ਹੈ 2.5-3 ਮਹੀਨੇ ਦਾ ਬੱਚਾ ਹੀ ਸਾਨੂੰ ਪਰਚੇਜ਼ ਕਰਨਾ ਚਾਹੀਦਾ ਹੈਗਾ ਬਟ ਲੋਕਾਂ ਨੂੰ ਇਹ ਨਹੀਂ ਜੀ 2.5-3 ਮਹੀਨੇ ਦਾ ਬੱਚਾ ਤਾਂ ਜੀ ਫਿਰ ਸਾਨੂੰ ਪਹਿਚਾਨੂਗਾ ਕਿਵੇਂ ਸਾਡੇ ਨਾਲ ਐਡਜਸਟ ਵੀ ਕਰ ਲੂਗਾ ਉਹਦੇ ਤਾਂ ਦੰਦ ਆ ਜਾਣਗੇ ਸਾਨੂੰ ਵੱਢੂਗਾ ਆ ਦੇਖੋ ਜੀ ਇੱਕ ਜਾਨਵਰ ਹੈਗਾ ਆ ਚਾਹੇ ਉਹ 10 ਸਾਲ ਦਾ ਹੋ ਜਾਵੇ ਚਾਹੇ ਉਹ 15 ਸਾਲ ਦਾ ਹੋ ਜਾਵੇ ਜਿਹੜਾ ਉਹਦਾ ਦਿਮਾਗ ਹੈ ਨਾ ਉਹਦੀ ਬ੍ਰੇਨ ਦੀ ਜਿਹੜੀ ਹੈਗੀ ਆ ਕਸ਼ਮਤਾ ਉਹ ਇੱਕ ਹਿਊਮਨ ਬੀਇੰਗ ਦੇ 2.5-3 ਸਾਲ ਦੇ ਬੱਚੇ ਜਿੰਨੀ ਹੀ ਉਹਦਾ ਦਿਮਾਗ ਡਿਵੈਲਪ ਹੁੰਦਾ ਜਿੱਦਾਂ ਤੁਸੀਂ 2.5-3 ਸਾਲ ਦੇ ਬੱਚੇ ਨੂੰ ਪਿਆਰ ਨਾਲ ਟ੍ਰੀਟ ਕਰਕੇ ਤੁਸੀਂ ਸੈਟਿੰਗ ਕਰ ਸਕਦੇ ਹੋ ਉਹ ਤੋਂ ਹਰ ਕੰਮ ਕਰਾ ਸਕਦੇ ਹੋ ਇੱਦਾਂ ਹੀ ਇੱਕ ਡੋਗ ਤੋਂ ਵੀ ਕਰਾਇਆ ਜਾ ਸਕਦਾ ਹੈਗਾ ਆ ਅਤੇ ਜੇ 2.5-3 ਮਹੀਨੇ ਤੋਂ ਵੱਡਾ ਬੱਚਾ ਹੋਵੇ ਮਤਲਬ 1 ਸਾਲ ਦਾ ਹੋਵੇ 2 ਸਾਲ ਦਾ ਹੋਵੇ ਉਹਨਾਂ ਦੀ ਗਰਮੀਆਂ ਦੇ ਵਿੱਚ ਕੀ ਫੀਡ ਹੁੰਦੀ ਹੈ ਵੈਸੇ ਇਹਦੀ ਬੱਚੇ ਦੀ ਤੁਸੀਂ ਦੱਸੀ ਤਾਂ ਮੈਨੂੰ ਇਹ ਦੱਸਤਾ ਵੀ ਬੱਚਾ ਜਿਹੜਾ ਲੈਣਾ ਚਾਹੀਦਾ ਕਿੰਨਾ ਕੁ ਦੁੱਧ ਪਾਉਣਾ ਚਾਹੀਦਾ ਕਿੰਨੀ ਕੁ ਆਪਣਾ ਦਹੀਂ ਪਾਉਣਾ ਚਾਹੀਦਾ ਹੈਗਾ ਦੇਖੋ ਜੀ ਮੇਰਾ ਆਪਣਾ ਐਕਸਪੀਰੀਅੰਸ ਜੋ ਕਿੰਨੀ ਵਾਰ ਸੌਰੀ ਜੋ ਮੇਰੇ ਨਾ ਮਤਲਬ ਬਾਪ ਦਾਦੇ ਸ਼ੁਰੂ ਤੋਂ ਅਸੀਂ ਕਰਦੇ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਆ ਮੈਂ ਹੁਣ ਵੀ ਉਸੀ ਤਰੀਕੇ ਨਾਲ ਚੱਲ ਰਿਹਾ ਹੈਗਾ ਆ ਮੈਂ ਕਿਸੇ ਦੀ ਗੱਲ 'ਤੇ ਬਿਲੀਵ ਨਹੀਂ ਕਰਦਾ ਮੇਰੇ ਜੋ ਪ੍ਰੈਕਟੀਕਲ ਹੈ ਮੈਂ ਉਹਨੂੰ ਹੀ ਮੁੱਖ ਰੱਖ ਕੇ ਚੱਲਦਾ ਹੈਗਾ ਹਾਂ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਇਹੀ ਕਹਿੰਦੇ ਸੀਗੇ ਕਿ ਜਿੱਦਾਂ ਇੱਕ ਕੁੱਤੀ ਆ ਕੇ ਥੋੜ੍ਹੀ ਦੇਰ ਬਾਅਦ ਆਪਣੇ ਬੱਚਿਆਂ ਨੂੰ ਫੀਡ ਕਰਾ ਜਾਂਦੀ ਹੈ ਅਤੇ ਉਸ ਤੋਂ ਬਾਅਦ ਚਲੀ ਜਾਂਦੀ ਹੈ ਉੱਦਾਂ ਹੀ ਫੀਡ ਕਰਾਉਣਾ ਚਾਹੀਦਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਥੋੜ੍ਹਾ ਥੋੜ੍ਹਾ ਦਵੋ ਜਿਸ ਦੇ ਵਿੱਚ ਬੱਚਾ ਭੁੱਖਾ ਰਹਿ ਜਾਵੇ ਉਹਨੂੰ ਮਤਲਬ ਇੰਨਾ ਨਾ ਰਜਾਓ ਕਿ ਉਹਦਾ ਡਾਈਜੈਸ਼ਨ ਅਪਸੈਟ ਹੋ ਜਾਵੇ ਕਿਉਂਕਿ ਇੱਕ ਤਾਂ ਇੱਕ ਸਿੰਥੈਟਿਕ ਫੀਡ ਹੈਗੀ ਹੈ ਜਿਹੜੀ ਅਸੀਂ ਦੇ ਰਹੇ ਹਾਂ ਨੈਚੁਰਲ ਫੀਡ ਨਹੀਂ ਹੈਗੀ ਥੋੜ੍ਹਾ ਥੋੜ੍ਹਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਘਰ ਦੀ ਫੀਡ ਰੋਟੀ ਵੀ ਹੋ ਸਕਦੀ ਹੈ ਪੈਡੀਗਰੀ ਵੀ ਹੋ ਸਕਦਾ ਜਾਂ ਡਰੂਲ ਜਾਂ ਦਹੀਂ ਹੋ ਗਿਆ ਜਾਂ ਜਿੱਦਾਂ ਵੀ ਕੋਈ ਫੀਡ ਹੋ ਗਈ ਆ ਸਟਾਰਟਰ ਫੀਡ ਹੋ ਗਈ ਆ ਜਾਂ ਇਹਨਾਂ ਦੇ ਸੈਰਲੈਕ ਹੋ ਗਏ ਆ ਮਤਲਬ ਥੋੜ੍ਹਾ ਪਰ ਦਿਨ 'ਚ ਜ਼ਿਆਦਾ ਵਾਰੀ ਜਿੱਦਾਂ ਮਾਂ ਆਉਂਦੀ ਹੈ ਥੋੜ੍ਹੀ ਦੇਰ ਬਾਅਦ ਦੁੱਧ ਪਿਲਾ ਕੇ ਚਲੀ ਜਾਂਦੀ ਹੈ ਥੋੜ੍ਹੀ ਦੇਰ ਬਾਅਦ ਆਉਂਦੀ ਹੈ ਦੁੱਧ ਪਿਲਾ ਕੇ ਚਲੀ ਜਾਂਦੀ ਹੈ ਬੱਚਾ ਵੀ ਉਹਦੇ ਨਾਲ ਰੋਂਦਾ ਰਹਿੰਦਾ ਜਿੰਨਾ ਰਹੂਗਾ ਉਹਨਾਂ ਸਟਰੋਂਗ ਹੋਊਗਾ ਉਹਦਾ ਇਮਿਊਨ ਵੀ ਤਕੜਾ ਹੋਊਗਾ ਡਾਈਜੈਸ਼ਨ ਵੀ ਸੈੱਟ ਰਹੂਗਾ ਆ ਪਰ ਇੱਥੇ ਕੀ ਕਰਦੇ ਨੇ ਲੋਕ ਅਸੀਂ ਹਸਕੀ ਲਿਆਤਾ ਜੀ ਅਸੀਂ ਲੈਬਰੇਟਰੀ ਲਿਆਤਾ ਉਹਨੂੰ ਠੂਸ ਠੂਸ ਕੇ ਖਿਲਾਉਂਦੇ ਨੇ ਕਿ ਵੀ ਦਿਨ ਦੇ ਵਿੱਚ ਹੀ ਭਲਵਾਨ ਬਣ ਜਾਵੇ ਉਹ ਮੋਟਾ ਹੋ ਜਾਵੇ ਲੋਕਾਂ ਨੂੰ ਦੇਖਣ ਲੱਗੇ ਕਿਆ ਬਾਤ ਹੈ ਯਾਰ ਕਿੰਨਾ ਅੱਛਾ ਕੁੱਤਾ ਲੈ ਕੇ ਆਏ ਨੇ ਇਹ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕੰਮ ਹੋ ਰਿਹਾ ਜੀ ਡੋਗ ਦੇ ਮਾਰਨ ਦੇ 95% ਅਸੀਂ ਤਿਆਰੀ ਕਰ ਰਹੇ ਹਾਂ ਉਸਨੂੰ ਖਿਲਾਓ ਥੋੜ੍ਹਾ ਥੋੜ੍ਹਾ ਖਿਲਾਓ ਉਹਨੂੰ ਰੋਣ ਵੀ ਦਿਵੋ ਚਾਹੇ ਉਹ ਅਡਲਟ ਹੈ ਚਾਹੇ ਉਹ ਛੋਟਾ ਹੈ ਕੋਈ ਵੀ ਹੈ ਜੀ ਜੇ ਬੱਚੇ ਛੋਟੇ ਨਾਲ ਕਰੀਏ ਤਾਂ ਜ਼ਿਆਦਾ ਬੈਟਰ ਹੈ ਅਡਲਟ ਹੈ ਤਾਂ ਫਿਰ ਉਹਨੂੰ ਤਾਂ ਮੇਰੇ ਖਿਆਲ 'ਚ ਇੰਨੀ ਜ਼ਰੂਰਤ ਨਹੀਂ ਹੁੰਦੀ ਖਾਣ ਦੀ ਉਹ ਤਾਂ ਸਿਰਫ 2 ਟਾਈਮ 1 ਟਾਈਮ ਭੋਜਨ 'ਤੇ ਰੱਖ ਸਕਦੇ ਹਾਂ 2 ਟਾਈਮ 1 ਟਾਈਮ ਮਤਲਬ ਕਿ ਜਦੋਂ ਆਪਾਂ ਸਵੇਰੇ ਬ੍ਰੇਕਫਾਸਟ ਕਰਦੇ ਹਾਂ ਦੁਪਹਿਰੇ ਜਾਂ ਰਾਤ ਨੂੰ ਦੁਪਹਿਰ ਦੇ ਖਾਣੇ ਦੇ ਉੱਪਰ ਜਦ ਅਡਲਟ ਹੋ ਗਿਆ ਡੋਗ 1.5 ਸਾਲ ਦਾ ਹੋ ਗਿਆ 1 ਸਾਲ ਦਾ ਹੋ ਗਿਆ ਤਾਂ 1 ਟਾਈਮ ਸਫੀਸ਼ੈਂਟ ਹੁੰਦਾ ਡੋਗ ਦਾ ਇੱਕ ਵਾਰੀ ਢਿੱਡ ਭਰਨਾ ਸਫੀਸ਼ੈਂਟ ਹੁੰਦਾ ਕਿਉਂਕਿ ਜੰਗਲਾਂ ਦੇ ਵਿੱਚ ਵੀ ਜ਼ਿਆਦਾ ਵੁਲਫ ਦੀ ਸੀਗੀ ਪ੍ਰਜਾਤੀ ਇਹ ਸਾਰੀ ਵੁਲਫ ਹੀ ਹੈ ਇਹ ਅਤੇ ਜਦ ਇਹ ਜੰਗਲਾਂ ਦੇ ਵਿੱਚ ਸ਼ਿਕਾਰ ਕਰਦੇ ਹਾਂ ਤਾਂ 1 ਟਾਈਮ ਇਹ ਖਾਂਦੇ ਨੇ ਰੱਜ ਅਤੇ ਫਿਰ ਮੇਰੇ ਖਿਆਲ 'ਚ ਪਾਣੀ ਦੀ ਨੀਡ ਹੁੰਦੀ ਹੈ ਫਿਰ ਖਾਣੇ ਦੀ ਨੀਡ ਨਹੀਂ ਹੁੰਦੀ ਹੈਗੀ ਫਿਰ 2 ਦਿਨ ਖਾਣਾ ਮਿਲੇ ਜਾਂ ਨਾ ਮਿਲੇ ਬਸ 1 ਟਾਈਮ ਦਾ ਮਤਲਬ 1 ਦਿਨ ਦੇ ਵਿੱਚ 1 ਟਾਈਮ ਸਫੀਸ਼ੈਂਟ ਅਡਲਟ ਡੋਗ ਲਈ ਅਤੇ ਹੁਣ ਇਸ ਦੇ ਨਾਲ ਹੀ ਮੇਰਾ ਇਹ ਕਹਿਣਾ ਵੀ ਜਿਹੜੀ ਡਾਇਟ ਹੈ 1 ਟਾਈਮ ਬਹੁਤ ਹੈ ਅਡਲਟ ਡੋਗ ਦੀ 1 ਟਾਈਮ ਬਹੁਤ ਹੈ ਠੀਕ ਹੈ ਜੇ ਬੱਚਾ ਹੈਗਾ ਆ ਉਹਨੂੰ ਅਸੀਂ ਹਰ 2 ਘੰਟੇ ਬਾਅਦ ਅਸੀਂ ਖਾਣਾ ਦੇ ਸਕਦੇ ਹਾਂ ਥੋੜ੍ਹਾ ਪਰ ਹਰ 2 ਘੰਟੇ ਬਾਅਦ 3 ਘੰਟੇ ਬਾਅਦ ਰੂਟੀਨ ਬਣ ਜਾਏਗੀ ਬੇਸਿਕਲੀ ਗਰੋ ਵੀ ਅੱਛਾ ਹੋਊਗਾ ਆ ਬਿਮਾਰ ਨਹੀਂ ਹੋਊਗਾ ਕੁੱਤਾ ਤੇ ਹਰ ਉਹਦੀ ਲਾਈਨ ਲੈਂਥ ਸਾਰੀ ਵਧੀਆ ਕੋਟ ਬਣਦਾ ਰਹੂਗਾ ਡੋਗ ਦਾ ਜੇ ਕੋਈ ਫੈਮਿਲੀ ਹੈ ਉਹਦੇ ਬੱਚੇ ਹੋਏ ਨੇਗੇ 2-3 ਮਹੀਨੇ ਦਾ ਹੈ ਜਾਂ ਵੱਡਾ 1 ਸਾਲ ਦਾ ਹੈ ਉਹਨਾਂ ਲਈ ਕਿਹੜਾ ਬੈਟਰ ਡੋਗ ਹੈ ਜਾਂ ਪੱਪੀ ਹੈ
ਤੁਹਾਡਾ ਮੰਨਣਾ ਕੀ ਹੈ ਕਿ ਜੇ ਕੋਈ ਤੁਹਾਡੇ ਤੋਂ ਆਉਂਦਾ ਵੀ ਤੁਸੀਂ ਕੀ ਸੁਜੈਸਟ ਕਰਦੇ ਹੋ ਵੀ ਕਿਹੜਾ ਉਹਨਾਂ ਨੂੰ ਚਾਹੀਦਾ ਲੈ ਕੇ? ਦੇਖੋ ਜੀ, ਮੇਰੇ ਕੋਲ ਨਾ ਪਿਛਲੇ 15 ਸਾਲ ਤੋਂ ਇੱਕ ਬਹੁਤ ਅੱਛਾ ਗਰਾਊਂਡ ਬਣ ਚੁੱਕਿਆ ਪੰਜਾਬ ਦੇ ਵਿੱਚ। ਮੇਰੇ ਕੋਲ ਆਉਂਦੇ ਨੇ ਲੋਕ ਅਤੇ ਆਨਸਰ ਕੁੱਤਾ ਲੈਣ ਤੋਂ ਪਹਿਲਾਂ ਮੇਰੇ ਕੋਲ ਆ ਕੇ ਪੁੱਛਦੇ ਨੇ ਕਿ ਭਾਜੀ ਸਾਡੇ ਘਰ ਦੇ ਵਿੱਚ ਇੰਨੇ ਫੈਮਿਲੀ ਮੈਂਬਰ ਹੈ, ਬੱਚੇ ਛੋਟੇ ਆ, ਡਿਮਾਂਡ ਕਰ ਰਹੇ ਨੇ ਲੈਬਰਾਡੋਰ ਦੀ ਜਾਂ ਗੋਲਡਨ ਰਿਟਰੀਵਰ ਜਾਂ ਜੈਬਨ ਸ਼ੈਫਰਡ ਬਿਗ ਡੋਗ ਸੀ, ਅਤੇ ਮੈਂ ਉਹਨਾਂ ਨੂੰ ਕਹਿੰਦਾ, ਉਹਨਾਂ ਨੂੰ ਪੁੱਛਦਾ ਕਿ ਇਹ ਤੁਹਾਡਾ ਪਹਿਲਾ ਡੋਗ ਹੈ, ਇਜ਼ ਇਟ ਯੂਰ ਫਸਟ ਡੋਗ, ਤਾਂ ਉਹ ਮੈਨੂੰ ਦੱਸਦੇ ਨੇ ਹਾਂ। ਅਤੇ ਮੈਂ ਉਹਨਾਂ ਨੂੰ ਸੁਜੈਸਟ ਨਹੀਂ ਕਰਦਾ ਕਦੀ ਵੀ ਵੱਡਾ ਡੋਗ, ਯੂ ਨੋ। ਹੁਣ ਤਾਂ ਸਾਰੇ ਜਿੰਨੇ ਵੀ ਬੰਦੇ ਹੈਗੇ ਆ ਸਾਰੇ ਮਤਲਬ ਨਾ ਫਾਸਟ ਹੋਏ ਹੋਏ ਆਪਣੇ ਵਰਕਿੰਗ ਦੇ ਲਈ, ਦੇ ਹੈਵ ਆ ਨੋ ਟਾਈਮ ਫੋਰ ਅ ਡੋਗਸ ਫੋਰ ਪੈਟਸ। ਸੋ ਜੋ ਬੱਚੇ ਹੁਣ ਲੋਕਡਾਊਨ ਕਰਕੇ ਘਰ ਹੈਗੇ ਆ, ਦੇ ਆਰ ਟੋਟਲੀ ਬੋਰਡ। ਸੋ ਯੂ ਨੋ, ਉਹ ਚਾਹੁੰਦੇ ਨੇ ਕਿ ਸਾਡੇ ਕੋਲ ਵੀ ਇੱਕ ਪੈਟ ਹੋਣਾ ਚਾਹੀਦਾ। ਮੇਰੇ ਕੋਲ ਬਰਡਸ ਲੈ ਜਾਂਦੇ, ਮੇਰੇ ਕੋਲ ਡੋਗਸ ਲੈ ਕੇ ਜਾਂਦੇ ਆ, ਅਤੇ ਜੇ ਉਹਨਾਂ ਦਾ ਪਹਿਲਾ ਡੋਗ ਹੈ ਨਾ, ਮੈਂ ਉਹਨੂੰ ਦੱਸਦਾ ਛੋਟੀ ਬਰੀਡ ਲੈ ਲਓ ਯਾਰ, ਕੰਟਰੋਲ ਕਰਨਾ ਸਿੱਖੋ, 10-12 ਸਾਲ ਉਹਦੇ ਉਹਨੂੰ ਦੇਖੋ, ਇੰਜੋਏ ਕਰੋ ਉਹਦੇ ਨਾਲ, ਉਹ ਵੀ ਡੋਗ ਹੈ। ਉਸ ਤੋਂ ਬਾਅਦ ਚਾਹੇ ਵੱਡਾ ਡੋਗ ਰੱਖ ਲਈਏ ਕੋਈ ਵੀ, ਮਤਲਬ ਜੇ ਸਾਡਾ ਪਹਿਲਾ ਡੋਗ ਹੈ ਸਾਨੂੰ ਛੋਟਾ ਬਰੀਡ ਰੱਖਣੀ ਚਾਹੀਦੀ ਹੈ। ਮਤਲਬ ਬੱਚਿਆਂ ਦੇ ਲਈ ਛੋਟੀ ਟੋਏ ਡੋਗਸ ਹੋ ਗਏ। ਟੋਏ ਡੋਗਸ ਦੇ ਵਿੱਚ ਕਿਹੜੀ ਕਿਹੜੀ ਪ੍ਰਜਾਤੀ ਆਉਂਦੀ ਹੈ? ਦੇਖੋ ਜੀ, ਉਹਦੇ ਵਿੱਚ ਇੰਡੀਅਨ ਸਪਿਟਸ ਆ ਜਾਂਦਾ, ਟੋਏ ਪੌਮ ਆ ਜਾਂਦਾ, ਪੱਗ ਆ ਜਾਂਦਾ ਆ, ਅਤੇ ਬੀਗਲ ਆ ਜਾਂਦਾ ਹੈਗਾ ਆ, ਚੂਆਹੂ ਆ ਜਾਂਦਾ ਆ, ਚਾਓ ਚਾਓ ਆ ਜਾਂਦਾ, ਦੈਟ ਟਾਈਪ ਆਫ ਡੋਗਸ ਕਾਫੀ ਹੈਗੇ ਆ ਬਰੀਡਸ ਜਿਹੜੀਆਂ ਤੁਸੀਂ ਟੋਏ। ਇਹ ਵੀ ਆ ਜਾਂਦਾ ਜੀ ਵਿੱਚ? ਸਾਰਿਆਂ ਨੂੰ ਛੋਟੇ ਡੋਗ ਹੈਗੇ ਨੇ, ਇਹ ਤਾਂ ਹੁਣੀ ਦੇਖ ਲਓ ਤੁਸੀਂ, ਚੂਹਾ ਜਿਹਾ ਆ, ਛੋਟਾ ਜਿਹਾ ਆ, ਗਿੱਠ ਦਾ ਹੀ ਆ ਡੋਗ ਇਹ, ਪਰ ਇਹ 35 ਦਿਨਾਂ ਦਾ ਜੀ, ਇੰਡੀਅਨ ਸਪਿਟਸ ਹੈ ਜੀ ਇਹ। ਹਾਂਜੀ, ਅਤੇ ਜਦ ਇਹਨੇ ਵੱਡਾ ਹੋ ਜਾਣਾ, ਇੱਕ ਇਹੀ ਐਸਾ ਹੈਗਾ ਆ, ਛੋਟਾ ਪਰ ਗਾਰਡ ਡੋਗ ਹੈ, ਅੰਦਰ ਵੀ ਕਿਸੇ ਨੂੰ ਖੰਘਣ ਨਹੀਂ ਦਿੰਦਾ, ਇੰਨੀ ਬੁਰੀ ਤਰ੍ਹਾਂ ਅਟੈਕ ਕਰਦਾ ਹੈ। ਅਤੇ ਉਹਨਾਂ ਦੀ ਇਹੀ ਪਹਿਲੀ ਜਿਹੜੀ ਸੀਗੀ ਹੈ ਕਿ ਸਾਨੂੰ ਛੋਟਾ ਅਤੇ ਅਟੈਕਰ ਗਾਰਡ ਡੋਗ ਚਾਹੀਦਾ, ਸੋ ਦੈਟ ਵੀ ਵਿਲ ਪ੍ਰੋਵਾਈਡ ਇੰਡੀਅਨ ਸਪਿਟਸ, ਮੈਨੂੰ ਲੱਗਿਆ ਕਿ ਇਹ ਚਾਹੀਦਾ। ਅਤੇ ਜੇ ਕੋਈ ਬੰਦਾ ਖੁਦ ਆਪਣੇ ਘਰ ਦੇ ਵਿੱਚ ਕਿਸੇ ਵੀ ਡੋਗ ਨੂੰ ਟ੍ਰੇਨ ਕਰਨਾ ਚਾਹੁੰਦਾ ਹੋਵੇ, ਇੱਕ ਤਾਂ ਆਪਾਂ ਸ਼ੁਰੂ ਦੇ ਵਿੱਚ ਤੁਸੀਂ ਗੱਲ ਕਰ ਲਈ ਵੀ ਪੰਜਾਬ ਦੇ ਵਿੱਚ ਜਦੋਂ ਆਏ ਤਾਂ ਉਹ ਕੁੱਟਦੇ ਸੀਗੇ, ਤੁਸੀਂ ਕਿਹਾ ਪਿਆਰ ਨਾਲ, ਸਪੋਜ਼ ਇੱਟ ਵੀ ਕੋਈ ਘਰ ਦੇ ਵਿੱਚ ਆ, ਉਹ ਕਹਿੰਦਾ ਵੀ ਯਾਰ ਮੇਰੇ ਕੋਲ ਖਰਚਾ ਨਹੀਂ ਹੈਗਾ ਟ੍ਰੇਨਿੰਗ ਕਰਾਉਣ ਵਾਸਤੇ, ਤੁਸੀਂ ਉਹਨਾਂ ਨੂੰ ਕੀ ਸੁਜੈਸਟ ਕਰਦੇ ਹੋ ਵੀ ਜੇ ਤੁਸੀਂ ਉਹਨੂੰ ਬੈਠਣਾ ਉੱਠਣਾ ਰੋਟੀ ਖਵਾਉਣੀ ਹੈ, ਕਿਵੇਂ ਕਿਵੇਂ ਉਹ ਖੁਦ ਹਲਕਾ ਫੁਲਕਾ? ਦੇਖੋ ਤੁਹਾਡੇ ਪ੍ਰੋਫੈਸ਼ਨ ਦੇ ਉਸ ਲਈ ਗੱਲ ਕਰ ਰਿਹਾ ਮੈਂ, ਬਟ ਗੱਲ ਇੱਦਾਂ ਵੀ ਜੀ, ਮੈਂ ਹੈਗਾ ਪੈਟ ਲਵਰ, ਸਾਰੀ ਗੱਲ ਪੈਸੇ ਦੇ ਉੱਪਰ ਹੀ ਘੁੰਮਦੀ ਨਹੀਂ ਹੈਗੀ ਆ। ਮੇਰੇ ਨਾਲ ਕਿੰਨੇ ਇੱਦਾਂ ਦੀ ਫੈਮਿਲੀਜ਼ ਜੁੜੀਆਂ ਹੋਈਆਂ ਜਿਹੜੇ ਕਿ ਜਿਨ੍ਹਾਂ ਕੋਲ ਬਹੁਤ ਮਤਲਬ ਗਰੀਬੀ ਹਾਲਾਤ ਦੇ ਵਿੱਚ ਹੈਗੇ ਨੇ ਆ, ਅਤੇ ਸਿਰਫ ਉਹਨਾਂ ਦੇ ਰੋਟੀ ਤੱਕ ਹੀ ਜਿਹੜੇ ਹੈਗੇ ਆ ਇੱਕ ਲੈਵਲ ਹੈਗਾ ਉਹਨਾਂ ਦਾ, ਅਤੇ ਉਹਨਾਂ ਕੋਲ ਡੋਗ ਲਵਰ ਨੇ, ਉਹਨਾਂ ਕੋਲ ਸਟ੍ਰੇਟ ਡੋਗ ਰੱਖੇ ਹੋਏ ਨੇ, ਉਹਨਾਂ ਕੋਲ ਕਾਫੀ ਇੱਕ ਦੋ ਨਸਲਾਂ ਦੇ ਵੀ ਡੋਗ ਰਹੇ, ਜਿਹਨਾਂ ਕੋਲ ਮਿਕਸ ਰੱਖੇ ਹੋਏ ਆ। ਮੈਨੂੰ ਪੁੱਛਦੇ ਆ, ਭਾਅ ਜੀ ਅਸੀਂ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਟ੍ਰੇਨਿੰਗ ਦਾ, ਕਿਉਂਕਿ ਮੈਂ ਮੇਰੀ ਆਪਣੀ ਫੀਸ ਹੈਗੀ ਆ, ਅਤੇ ਫਿਰ ਉਹ ਮੇਰੇ ਨਾਲ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਭਰਾ ਗੱਲ ਇੱਦਾਂ ਕਿ ਸਾਰੀ ਪੈਸੇ ਦੇ ਨਾਲ ਦੀ, ਆਪਾਂ ਭੈਣ ਭਰਾ ਹਾਂ ਸਾਰੇ, ਠੀਕ ਹੈ ਜੀ, ਨਹੀਂ ਕਰਦੇ ਯਾਰ, ਮੈਂ ਤੁਹਾਡੇ ਲਈ ਖੜ੍ਹਾ ਹਾਂ, ਦੱਸੋ ਕੀ ਪੁੱਛਣਾ ਚਾਹੁੰਦੇ ਹੋ, ਅਤੇ ਮੈਂ ਉਹਨਾਂ ਨੂੰ ਟਿਪਸ ਦਿੰਦਾ ਆ, ਉਹ ਮੈਨੂੰ ਵਟਸਐਪ 'ਤੇ ਆ ਜਾਂਦੇ ਨੇ ਜਾਂ ਮੇਰੇ ਕੋਲ ਆ ਕੇ ਮੇਰੇ ਕੋਲ ਪੁੱਛ ਜਾਂਦੇ ਆ। ਹੁਣ ਵੀ ਇੱਕ ਬੰਦਾ ਆਇਆ ਸੀ ਥੋੜ੍ਹੀ ਦੇਰ ਪਹਿਲਾਂ, ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦਾ ਲੜਕਾ ਹੈਗਾ, ਉਹਨਾਂ ਦੇ ਪਾਪਾ ਇੰਸਪੈਕਟਰ ਨੇ, ਉਹ ਕਹਿੰਦੇ ਯਾਰ ਅਸੀਂ ਪੈਸੇ ਨਹੀਂ ਲਾਉਣੇ ਹੈਗੇ, ਤਾਂ ਫ੍ਰੀ ਆਫ ਕੋਸਟ ਤੇਰੇ ਤੋਂ ਧੱਕੇ ਨਾਲ ਸਿਖਾਉਣੇ ਆ, ਅਤੇ ਫਿਰ ਮੇਰੇ ਤੋਂ ਹਾਰ ਹੋ ਜਾਂਦੇ ਨੇ ਉਹ ਹਫ਼ਤੇ ਕੁ ਬਾਅਦ, ਅਤੇ ਉਹ ਆ ਕੇ ਫਿਰ ਮੇਰੇ ਤੋਂ ਟਿਪਸ ਲੈ ਜਾਂਦੇ, ਮੈਂ ਦੱਸਦਾ ਰਹਿੰਦਾ। ਵੈਸੇ ਵੀ ਮੈਂ ਔਨਲਾਈਨ ਲੋਕਾਂ ਨੂੰ ਦੱਸਦਾ ਰਹਿੰਦਾ ਯੂਟਿਊਬ ਫੇਸਬੁੱਕ 'ਤੇ ਕਿ ਕਿੱਦਾਂ ਅਸੀਂ ਟ੍ਰੇਨ ਕਰ ਸਕਦੇ ਹਾਂ ਡੋਗ ਨੂੰ, ਅਤੇ ਜਲਦੀ ਹੀ ਮੇਰੀ ਕੰਟੀਨਿਊ ਕਾਫੀ ਵੀਡੀਓਜ਼ ਆਉਣਗੀਆਂ, ਅਤੇ ਜਿਹਦੇ ਵਿੱਚ ਉਹ ਆਪਣੇ ਡੋਗ ਨੂੰ ਕਿੱਦਾਂ ਸਿਖਾਉਣਾ ਹੈ ਉਹ ਦੱਸ। ਇੱਕ ਦੋ ਟਿਪ ਸਾਡੀ ਵੀਡੀਓ ਦੇ ਵਿੱਚ ਵੀ ਦੱਸ ਦਿਓ। ਦੇਖੋ ਜੀ, ਸਾਰਿਆਂ ਨਾਲੋਂ ਪਹਿਲਾਂ ਜਦ ਵੀ ਅਸੀਂ ਕੋਈ ਡੋਗ ਲੈਂਦੇ ਹਾਂ, ਅਤੇ ਉਸ ਅਸੀਂ ਚਾਹੁੰਦੇ ਹਾਂ ਕਿ ਕੁੱਤਾ ਸਾਡਾ ਕਹਿਣਾ ਮੰਨੇ, ਅਸੀਂ ਚਾਹੁੰਦੇ ਹਾਂ ਕਿ ਕੁੱਤਾ ਸਾਡੇ ਕਹਿਣ 'ਤੇ ਰੁਕੇ, ਸਾਡੇ ਕਹਿਣ 'ਤੇ ਬੈਠੇ, ਅਤੇ ਸਾਡੇ ਕਹਿਣ 'ਤੇ ਚੱਲੇ। ਮੇਨ ਚੀਜ਼ਾਂ ਇਹ ਹੈ, ਜੇ ਮਾਲਕ ਦੇ ਕਹਿਣ ਦੇ ਉੱਪਰ ਕੁੱਤਾ ਰੁਕ ਰਿਹਾ ਹੀ ਨਹੀਂ ਹੈਗਾ ਆ, ਅਤੇ ਮੇਰੇ ਖਿਆਲ ਦੇ ਵਿੱਚ ਫਿਰ ਉਹ ਕੁੱਤਾ ਨਹੀਂ ਹੈਗਾ, ਫਿਰ ਉਹ ਹੈੱਡ ਕਮਾਂਡਰ ਬਣ ਗਿਆ ਘਰ ਦਾ। ਜੇ ਉਹ ਮਾਲਕ ਦੇ ਕਹਿਣ 'ਤੇ ਬੈਠਦਾ ਨਹੀਂ, ਤਾਂ ਇਟ ਮੀਨਸ ਉਹ ਕੁੱਤਾ ਨਹੀਂ ਹੈਗਾ ਆ, ਅਤੇ ਉਹ ਤਾਂ ਹੈੱਡ ਕਮਾਂਡਰ ਹੀ ਹੈ ਕਿ ਵੀ ਨਹੀਂ ਜੀ, ਮੈਂ ਤਾਂ ਉਹ ਤਾਂ ਦਾਦਾਗਿਰੀ ਕਰੂੰਗਾ, ਮੈਂ ਤਾਂ ਇਹੀ ਕਰੂੰਗਾ। ਸੋ ਮੇਰਾ ਕਹਿਣ ਦਾ ਮਤਲਬ ਹੈ, ਜਦ ਵੀ ਕਿਸੇ ਨੇ ਕੋਈ ਪੱਪੀ ਪਰਚੇਜ਼ ਕਰਨਾ ਹੈ, ਤਾਂ ਸਾਰਿਆਂ ਨਾਲੋਂ ਪਹਿਲਾਂ ਉਹ ਇੱਕ ਟ੍ਰੀਟ ਲੈ ਕੇ ਉਸਨੂੰ ਸਿੱਟ ਔਰ ਸਟੇ ਦਾ ਇੱਕ ਉਹਨੂੰ ਇਹ ਲਗਾਉਣਾ ਚਾਹੀਦਾ ਕਮਾਂਡ, ਸਿੱਟ ਸਟੇ ਇਜ਼ ਅ ਰਾਈਟ ਵੇ। ਡੋਗ ਟ੍ਰੇਨਿੰਗ ਦੇ ਵਿੱਚ, ਡੋਗ ਲੈਂਗੁਏਜ ਦੇ ਵਿੱਚ ਇਹ ਕਿਹਾ ਜਾਂਦਾ ਆ ਕਿ ਸਿੱਟ ਸਟੇ ਇਜ਼ ਅ ਰਾਈਟ ਵੇ। ਜੇ ਹੁਣ ਤੁਸੀਂ ਉਹਨੂੰ ਰੁਕਣਾ ਅਤੇ ਬੈਠਣਾ ਨਹੀਂ ਸਿਖਾਓਗੇ ਨਾ, ਤਾਂ ਫਿਰ ਉਹ ਕੁੱਤਾ ਨਹੀਂ ਹੈਗਾ, ਫਿਰ ਤਾਂ ਉਹ ਨਾ ਇੱਕ ਤੁਹਾਨੂੰ ਜਿੰਨ ਜਾਪੂਗਾ ਆ, ਫਿਰ ਤਾਂ ਉਹ ਕਦੀ ਉੱਧਰ ਨੂੰ ਭੱਜ ਲਿਆ, ਕਦੀ ਉੱਧਰ ਨੂੰ ਭੱਜਿਆ, ਤੁਸੀਂ ਉਹਦੇ ਪਿੱਛੇ। ਸੋ ਕਦੀ ਵੀ ਡੋਗ ਨੂੰ ਖਾਣਾ ਪਾਉਣਾ ਆ, ਤਾਂ ਸਾਰਿਆਂ ਨਾਲੋਂ ਪਹਿਲਾਂ ਖਾਣ ਤੋਂ ਪਹਿਲਾਂ ਕੋਲਾ ਹੱਥ ਦੇ ਵਿੱਚ ਚੱਕ ਲਓ, ਉਹਨੂੰ ਡਾਇਰੈਕਟ ਨਾ ਦਵੋ, ਉਸਨੂੰ ਕਹੋ ਬੈਠ ਪਹਿਲਾਂ ਆਰਾਮ। ਪੰਜਾਬੀ 'ਚ ਗੱਲ ਕਰੋ, ਦੇ ਹੈਵ ਅ ਸਿਕਸ ਸੈਂਸ, ਥੋੜ੍ਹਾ ਜਿਹਾ ਛੜੀ ਗਿਆਨ ਇੰਦਰੀ ਹੈ, ਉਹ ਸਮਝਦੇ ਨੇ ਸਾਰੀ ਗੱਲ ਨੂੰ, ਤੁਹਾਡੀ ਨੂੰ, ਤੁਹਾਡੇ ਹਾਵ ਭਾਵ, ਤੁਹਾਡੀ ਬੋਡੀ ਲੈਂਗੁਏਜ ਨੂੰ ਸਮਝਦੇ ਨੇ। ਉਹਨੂੰ ਕਿ ਅੱਗਾ ਬੈਠ ਪਹਿਲਾਂ, ਸਿੱਟ, ਚੁਟਕੀ ਵੀ ਮਾਰ ਦੋਗੇ ਨਾ ਤਾਂ ਸਿਰ ਦੇ ਉੱਪਰ ਉਹਨੇ ਬੈਠ ਜਾਣਾ ਆ,
ਡੰਡਾ ਨਾ ਮਾਰੋ ਆਰਾਮ ਨਾਲ ਮਤਲਬ ਇਹ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੀ ਇੱਕ ਉਂਗਲ ਹੈ ਇਸ਼ਾਰਾ ਹੈ ਇਹ ਪੰਜਾਬੀ 'ਚ ਵੀ ਬੋਲਦੀ ਹੈ ਅਤੇ ਇਹ ਇੰਗਲਿਸ਼ 'ਚ ਬੋਲ ਇਹ ਉਂਗਲ ਲੈਂਗੁਏਜ ਹੈ ਸਿੱਧੀ ਜੀ ਇੱਕ ਗੱਲ ਹੈ ਹੈਨਾ ਫਿਰ ਤੈਨੂੰ ਅਸੀਂ ਖਾਣਾ ਦਿੰਦੇ ਹਾਂ ਅਤੇ ਖਾਣਾ ਤੇਰਾ ਹੀ ਆ ਕਿ ਇੱਕ ਦੂਜੀ ਜਿਹੜੀ ਮੇਨ ਚੀਜ਼ ਹੈਗੀ ਆ ਸਿੱਟ ਸਟੇ ਅਤੇ ਤੀਜੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਖਾਣਾ ਖਾਂਦਾ ਨਾ ਉਹਦੀ ਬਾਡੀ 'ਤੇ ਹੱਥ ਲਗਾਓ ਉਸਨੂੰ ਟੱਚ ਦੇਵੋ ਉਹਦੇ ਕੋਲ ਖੜੋ ਹਾਂ ਤਾਂ ਕਿ ਉਹ ਜਦ ਵੱਡਾ ਹੋ ਜਾਵੇ ਆਪਣੇ ਖਾਣੇ ਪਿੱਛੇ ਸਾਨੂੰ ਹੀ ਨਾ ਫੜ ਲਵੇ ਕਿਉਂਕਿ ਅਕਸਰ ਕੁੱਤੇ ਸ਼ੁਰੂ ਤੋਂ ਹੀ ਹੈਰੀਡੀਟਰੀ ਇਹਨਾਂ ਨੂੰ ਪ੍ਰੋਬਲਮ ਹੈ ਜਿਹੜਾ ਐਲਫਾ ਮੇਲ ਹੋਊਗਾ ਜਾਂ ਐਲਫਾ ਫੀਮੇਲ ਹੋਊਗੀ ਆਪਣੇ ਖਾਣ ਦੇ ਆਲੇ ਦੁਆਲੇ ਕਿਸੇ ਨੂੰ ਖੜਨ ਨਹੀਂ ਦਿੰਦੀ ਨਾ ਖੜਨ ਦਿੰਦਾ ਕੋਈ ਡੌਗ ਉਹ ਵੱਢ ਦਿੰਦਾ ਬਹੁਤ ਬੁਰੇ ਤਰੀਕੇ ਨਾਲ ਅਲਫਾ ਅਲਫਾ ਮੇਲ ਅਲਫਾ ਫੀਮੇਲ ਕਿਹੜਾ ਵਰਡ ਹੈ ਜੀ ਇਹ ਇੱਕ ਇਹ ਦੇਖੋ ਜੀ ਗੱਲ ਇੱਦਾਂ ਐਲਫਾ ਮੀਨਸ ਹੁੰਦਾ ਆ ਉਸ ਲੀਡਰ ਦਾ ਖਸਮ ਉਸ ਲੀਡਰ ਦਾ ਮੁਖੀਆ ਉਸ ਲੀਡਰ ਦਾ ਪੈਕ ਲੀਡਰ ਕਿਉਂਕਿ ਕੁੱਤੇ ਨਾਲ ਜਿਹੜੇ ਜ਼ਿਆਦਾ ਭੇੜੀਆ ਭੇੜੀਏ ਸੀਗੇ ਇਹ ਵੁਲਫ ਸੀਗੀਆਂ ਜ਼ਿਆਦਾ ਅਤੇ ਜਿਹੜਾ ਐਲਫਾ ਮੇਲ ਸੀਗਾ ਜਿਹੜਾ ਮੁਖੀਆ ਹੁੰਦਾ ਸੀਗਾ ਜਦ ਉਹਨੇ ਸ਼ਿਕਾਰ 'ਤੇ ਜਾਣਾ ਹੁੰਦਾ ਸੀ ਤਾਂ ਹੂਕ ਲਗਾਉਂਦਾ ਸੀ ਉਹ ਪੱਥਰ 'ਤੇ ਬੈਠ ਕੇ ਉੱਚੀ ਜਗ੍ਹਾ 'ਤੇ ਉਹ ਕਿੰਨੇ ਕਿਲੋਮੀਟਰ 'ਚ ਆਵਾਜ਼ ਸੁਣੀ ਜਾਂਦੀ ਸੀ ਜੇ ਝੁੰਡ ਬਿਖਰਿਆ ਹੋਇਆ ਤਾਂ ਇਕੱਠਾ ਹੋ ਜਾਂਦਾ ਸੀ ਦਲ ਇਕੱਠਾ ਹੋ ਜਾਂਦਾ ਸੀ ਮਤਲਬ ਲੀਡਰ ਲੀਡ ਕਰਦਾ ਸੀ ਉਹ ਇਕੱਠਾ ਕਰ ਲੈਂਦਾ ਸੀ ਹੁਣ ਵੀ ਕੁੱਤੇ ਦੇ ਵਿੱਚ ਉਹੀ ਬਲੱਡ ਲਾਈਨ ਹੈਗੀ ਆ ਹੁਣ ਵੀ ਅਸੀਂ ਗਲੀ ਮੁਹੱਲਿਆਂ ਦੇ ਵਿੱਚ ਦੇਖਦੇ ਹਾਂ ਜਦ ਅਸੀਂ ਦੁੱਧ ਪਾਉਂਦੇ ਹਾਂ ਜਿਹੜਾ ਐਲਫਾ ਮੇਲ ਹੋਊਗਾ ਜਾਂ ਐਲਫਾ ਫੀਮੇਲ ਉਹ ਸਾਰਿਆਂ ਨਾਲੋਂ ਪਹਿਲਾਂ ਆਉਂਦੀ ਦੁੱਧ ਪੀਣ ਅਤੇ ਦੂਜਿਆਂ ਨੂੰ ਕੱਟਦੀ ਆ ਉਹ ਸਮਝਾਉਂਦੀ ਹੈ ਕਿ ਤੇਰਾ ਲੈਵਲ ਇਹ ਹੈ ਪਿੱਛੇ ਰਹਿ ਮੈਂ ਇੱਥੇ ਦੀ ਲੀਡਰ ਹਾਂ ਮੈਂ ਮੁਖੀ ਹਾਂ ਭਾਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਜਿਹੜੀ ਡੌਗਸ ਦੀ ਫੀਡ ਹੁੰਦੀ ਹੈ ਉਹ ਰੋਟੀ ਨੂੰ ਵੀ ਆਪਾਂ ਫੀਡ ਕਹਿ ਸਕਦੇ ਹਾਂ ਜੇ ਘਰ ਦੇ ਵਿੱਚ ਹੁੰਦੀ ਆ ਆਪਾਂ ਪੈਡੀਗਰੀ ਨੂੰ ਵੀ ਫੀਡ ਕਹਿੰਦੇ ਹਾਂ ਆਪਾਂ ਡਰੂਲਸ ਨੂੰ ਵੀ ਫੀਡ ਕਹਿੰਦੇ ਹਾਂ ਹੈ ਨਾ ਜੇ ਕੋਈ ਬੰਦਾ ਇੱਕ ਝੁੱਗੀ ਚੌਂਪੜੀ ਵਾਲਾ ਉਹਨੇ ਪੈਟ ਰੱਖਿਆ ਉਹਦਾ ਕੁੱਤੇ ਨੂੰ ਆਪਣੀ ਆਮ ਜਿਵੇਂ ਰੋਟੀ ਖਾ ਰਿਹਾ ਉਹ ਦਏਗਾ ਜਿਹੜਾ ਕੋਈ ਬੰਦਾ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਏ ਸੀ 'ਚ ਰਹਿੰਦਾ ਉਹ ਜਾ ਕੇ ਦੁਕਾਨ ਵਾਲੇ ਨੂੰ ਪੁੱਛੂਗਾ ਜਿਵੇਂ ਥਾਪਰ ਭਾਜੀ ਨੇ ਪੁੱਛੂਗਾ ਭਾਜੀ ਮੈਨੂੰ ਰੂਲਸ ਦੇ ਦਿਓ ਜੀ ਮੈਨੂੰ ਪੈਡੀਗਰੀ ਦੇ ਦਿਓ ਇਹ ਇੱਕ ਰੋਟੀ ਦਾ ਅਤੇ ਮੈਨੂੰ ਇੱਕ ਪੈਡੀਗਰੀ ਦਾ ਇਹਦਾ ਕੰਪੈਰੀਜ਼ਨ ਕੀ ਹੈ ਮੈਨੂੰ ਇਸ ਤੋਂ ਡਿਫਰੈਂਟ ਕੀ ਆ ਅਗਰ ਕੋਈ ਨਹੀਂ ਵੀ ਦੇਣਾ ਚਾਹੁੰਦਾ ਦੇਸੀ ਫੀਡ ਕੀ ਆ ਅਗਰ ਇਹ ਦੇਣਾ ਚਾਹੁੰਦਾ ਤਾਂ ਇਹਦੇ ਨਾਲ ਫਾਇਦਾ ਕੀ ਹੁੰਦਾ ਦੇਖੋ ਜੀ ਬਹੁਤ ਅੱਛਾ ਕੁਐਸਚਨ ਹੈਗਾ ਆ ਮੇਰੇ ਜਿੰਨੇ ਵੀ ਉਰੇ ਮੇਰੇ ਕਲਾਇੰਟਸ ਆਉਂਦੇ ਨੇ ਥਾਊਜ਼ੈਂਡਸ ਆਫ ਕਲਾਇੰਟ ਮੇਰੇ ਪਟਿਆਲਾ ਦੇ ਵਿੱਚ ਹੀ ਹੈਗੇ ਆ ਜੀ ਮੇਰੇ ਕੋਲ ਆਉਂਦੇ ਨੇ ਸਿਰਫ ਰਾਏ ਲੈਣ ਵਾਸਤੇ ਆ ਅਤੇ ਮੈਂ ਫਰੀ ਆਫ ਕੋਸਟ ਰਾਏ ਲੈਂਦਾ 10 ਬੰਦੇ ਜਿਹੜੇ ਮੇਰੀ ਦੁਕਾਨ ਦੇ ਅੰਦਰ ਖੜ੍ਹੇ ਹੁੰਦੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਅੱਛਾ ਇੱਦਾਂ ਹੁੰਦਾ ਆ ਸੋ ਤੁਹਾਡਾ ਜਿਹੜਾ ਇਹ ਰੋਟੀ ਦਾ ਘਰ ਦਾ ਮੀਲ ਅਤੇ ਇਹ ਫੀਡ ਦਾ ਕੰਪੈਰੀਜ਼ਨ ਹੈਗਾ ਮੈਂ ਇਹਦੇ ਵਿੱਚ ਮੈਂ ਤੁਹਾਨੂੰ ਡਿਫਰੈਂਟ ਤਰੀਕੇ ਨਾਲ ਮੈਂ ਜੋ ਹੈ ਇਹਨਾਂ ਦੇ ਵਿੱਚ ਜੋ ਵੀ ਪਾਇਆ ਜਾਂਦਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਜਿਹੜੀ ਫੀਡ ਹੈਗੀ ਆ ਭਾਅ ਜੀ ਤੁਸੀਂ ਜਦ ਕਾਲਜ 'ਚ ਪੜ੍ਹਦੇ ਸੀਗੇ ਮੈਂ ਕਾਲਜ 'ਚ ਪੜ੍ਹਦਾ ਸੀਗਾ ਦੈਟ ਟਾਈਮ ਫੀਡ ਨਹੀਂ ਸੀਗੀ ਜੀ ਫੀਡ ਤਾਂ ਹੁਣ ਆਈ ਹੈ ਡਰਾਈ ਫੀਡ ਇਹ ਗੋਰਿਆਂ ਦੀ ਜਿਹੜੀ ਹੈਗੀ ਆਜ਼ਾਦ ਹੈ ਜੀ ਊ ਹੈਵ ਅ ਨੋ ਟਾਈਮ ਅਤੇ ਉਹ ਚੱਕ ਕੇ ਮੁੱਠੀ ਭਰ ਕੇ ਆਪਣੇ ਡੋਗ ਨੂੰ ਪਾਇਆ ਉਹਦੇ ਵਿੱਚ ਉਹਨੂੰ ਸਾਰੇ ਜੋ ਇਨਗਰੀਡੀਐਂਟਸ ਮਿਲਦੇ ਸੀਗੇ ਡੋਗ ਨੂੰ ਚਾਹੀਦੇ ਤੋਂ ਮਿਲ ਕੇ ਗੱਲ ਖਤਮ ਹੋ ਗਈ ਆ ਪਰ ਸਾਡੇ ਤਾਂ ਘਰ ਘਰ ਰਸੋਈ ਹੈ ਜੀ ਜਿਹਦੇ ਘਰ ਦੇ ਵਿੱਚ ਰਸੋਈ ਨਹੀਂ ਕਹਿੰਦੇ ਉਹ ਘਰ ਨਹੀਂ ਹੈਗਾ ਗੋਰਿਆਂ ਦੇ ਘਰਾਂ ਦੇ ਵਿੱਚ ਰਸੋਈਆਂ ਨਹੀਂ ਹੁੰਦੀਆਂ ਉੱਥੇ ਪੈਂਟਰੀਆਂ ਹੀ ਹੁੰਦੀਆਂ ਆ ਠੀਕ ਹੈ ਜੀ ਉਹਨਾਂ ਦੇ ਬਾਹਰ ਹੀ ਖਾਣਾ ਅੱਖਾਂ ਮੀਚਦੇ ਜਾਂਦੇ ਨੇ ਡੋਨਰ ਸਟੋਰ ਦੇ ਉੱਪਰ ਉੱਥੇ ਜਾਂਦੇ ਨੇ ਉੱਥੇ ਜਾ ਕੇ ਕੌਫੀ ਲੈਣੀ ਆ ਉੱਥੇ ਨਾਸ਼ਤਾ ਕਰਨਾ ਉੱਥੇ ਉਹਨਾਂ ਨੇ ਡਿਨਰ ਕਰਨਾ ਗੱਲ ਖਤਮ ਹੋ ਗਈ ਬਟ ਸਾਡੇ ਤਾਂ ਉਰੇ ਜਿਸ ਘਰ ਦੇ ਵਿੱਚ ਕਹਿੰਦੇ ਰਸੋਈ ਨਹੀਂ ਉਹ ਘਰ ਨਹੀਂ ਹੈਗਾ ਆ ਸਾਡੇ 3 ਟਾਈਮ ਜਾਂ 2 ਟਾਈਮ ਤਾਜ਼ਾ ਭੋਜਨ ਬਣਦਾ ਜੀ ਜੋ ਅਸੀਂ ਆਪ ਖਾਂਦੇ ਹਾਂ ਸਾਡੇ ਇਮਿਊਨ ਸਿਸਟਮ ਤਗੜੇ ਨੇ ਜੋ ਅਸੀਂ ਖਾਂਦੇ ਹਾਂ ਅਸੀਂ ਉਹ ਕੁੱਤੇ ਨੂੰ ਵੀ ਪਾਉਂਦੇ ਸੀ ਬਟ ਹੁਣ ਉਹ ਦੇਖੋ ਦੇਖੀ ਇੱਕ ਰੀਸ ਚੱਲ ਪਈ ਹੈਗੀ ਆ ਕਿ ਵੀ ਜੀ ਇਹ ਵੀ ਆਪਣੇ ਕੁੱਤੇ ਨੂੰ ਪੈਡੀਗਰੀ ਪਾਉਂਦੇ ਆ ਉਹ ਕਹਿੰਦਾ ਮੈਂ ਤਾਂ ਰੋਇਲ ਕੈਨਨ ਪਾਉਂਦਾ ਉਹ ਕਹਿੰਦਾ ਜੀ ਮੈਂ ਤਾਂ ਪ੍ਰੀਮੀਅਮ ਫੂਡ ਪਾਉਂਦਾ ਆਹ ਪਾਉਂਦਾ ਆਹ ਪਾਉਂਦਾ ਆਹ ਪਾਉਂਦਾ ਮੈਂ ਨਾਮ ਨਹੀਂ ਲਊਂਗਾ ਯਾਰ ਅਤੇ ਬਸ ਹਾਂਜੀ ਬਸ ਇਹੀ ਕਹਿ ਸਕਦੇ ਹੋ ਦੇਖਾ ਦੇਖੀ ਪਾਈ ਜਾਂਦੇ ਆ ਅਤੇ ਉਹ ਦੂਜੀ ਗੱਲ ਇਹ ਵੀ ਗੱਲ ਕੁਝ ਸਹੀ ਵੀ ਹੈਗੀ ਆ ਫੀਡ ਦੀ ਕਿਉਂਕਿ ਵੀ ਹੈਵ ਅ ਨੋ ਟਾਈਮ ਟੋਟਲੀ ਅਸੀਂ ਬਿਜ਼ੀ ਹਾਂ ਜੀ ਅਸੀਂ ਆਪਣੇ ਬੱਚਿਆਂ ਲਈ ਨਹੀਂ ਟਾਈਮ ਕੱਢਾਂਗੇ ਕੁੱਤਿਆਂ ਬਿੱਲੀਆਂ ਲਈ ਕਿੱਥੇ ਸਾਡੇ ਕੋਲ ਟਾਈਮ ਸਾਨੂੰ ਇਹ ਲੱਗਦਾ ਕਿ ਜੇ ਸਾਡਾ ਇੱਕ 5 ਕਿਲੋ ਦਾ ਅਸੀਂ ਪੈਕ ਲਿਆਏ ਉਹਦੇ ਵਿੱਚ ਸਾਡੇ ਕੁੱਤੇ ਨੂੰ ਮੀਟ ਵੀ ਮਿਲ ਜੂਗਾ ਕੈਲਸ਼ੀਅਮ ਮਿਲ ਜੂਗਾ ਵਿਟਾਮਿਨ ਵੀ ਮਿਲ ਜਾਣਗੇ ਫਾਈਬਰ ਮਿਲ ਜੂਗਾ ਫੈਟ ਵੀ ਮਿਲ ਜੂਗੀ ਆ ਅਤੇ ਭੰਬੜ ਭੁੱਸੇ 'ਚੋਂ ਨਿਕਲੋ ਬਾਹਰ ਯਾਰ ਆਪਾਂ ਆ ਕੇ 1-2 ਮੁੱਠੀਆਂ ਗੱਲ ਖਤਮ ਹੈ ਸੋ ਇਹ ਚੀਜ਼ ਹੈਗੀ ਆ ਭਾਅ ਜੀ ਜੇ ਸਾਡੇ ਘਰ ਦੇ ਵਿੱਚ ਤਾਜ਼ਾ ਭੋਜਨ ਬਣਦਾ ਹੈਗੇ ਆ ਜੇ ਸਾਡੇ ਕੋਲ ਟਾਈਮ ਹੈ ਅੰਡੇ ਉਬਾਲਣ ਦਾ ਜੇ ਸਾਡੇ ਕੋਲ ਟਾਈਮ ਹੈਗਾ ਮੀਟ ਉਬਾਲ ਕੇ ਉਹਨੂੰ ਪਾਉਣ ਦਾ ਤਾਂ ਅਸੀਂ ਕਿਉਂ ਨਾ ਪਾਈਏ ਜੀ ਮਤਲਬ ਕਿ ਜਿਹੜੀ ਘਰ ਦੇ ਵਿੱਚ ਆਪਾਂ ਖੁਦ ਰੋਟੀ ਖਾਂਦੇ ਹਾਂ ਦੈਟ ਇਜ਼ ਆਲਵੇਜ਼ ਗੁੱਡ ਸਫੀਸ਼ੀਐਂਟ ਹੈ ਹਾਂਜੀ ਤੁਸੀਂ ਹੁਣ ਦੇਖੋ ਗੱਲ ਇੱਦਾਂ ਆ ਮੇਰੇ ਬਾਪ ਦਾਦੇ ਸ਼ੁਰੂ ਤੋਂ ਜਿਹੜੇ ਹੈਗੇ ਹੰਟਰ ਡੋਗ ਰੱਖਦੇ ਸੀਗੇ ਐਥਲੀਟ ਡੋਗ ਰੱਖਦੇ ਸੀਗੇ ਅਤੇ ਉਹਨਾਂ ਕੋਲ ਬੜੇ ਬੜੇ ਜਿਹੜੇ ਹੈ ਬੁਲੀਸ ਟਾਈਪ ਕੁੱਤੇ ਹੁੰਦੇ ਸੀਗੇ ਸ਼ਿਕਾਰ ਲਈ ਰੱਖੇ ਹੋਏ ਕੀ ਕਰਦੇ ਸੀਗੇ ਜਦ ਕੋਈ ਸ਼ਿਕਾਰ ਮਾਰ ਲਿਆ ਉਹਦੇ ਵਿੱਚੋਂ ਜਿਹੜਾ ਹੈ 70% ਜਾਨਵਰ ਲਈ ਉਹ ਰੱਖ ਦਿੰਦੇ ਸੀਗੇ ਉਹ ਅਤੇ ਬਾਕੀ ਆਪ ਇੰਜੋਏ ਕਰਦੇ ਸੀਗੇ ਅਤੇ ਉਹਦੀ ਉਹ ਫੈਟ ਉਹਦੀ ਉਹ ਪ੍ਰੋਟੀਨ ਉਹਨਾਂ ਨੂੰ ਦੇ ਦਿੰਦੇ ਸੀਗੇ ਮੀਟ ਨੂੰ ਬਣਾ ਕੇ ਉਹ ਉਹਨਾਂ ਨੂੰ ਦੇਈ ਜਾਂਦੇ ਸੀ ਜਾਨਵਰਾਂ ਨੂੰ ਕੁੱਤਿਆਂ ਨੂੰ ਉਹ ਡਾਢੇ ਕੁੱਤੇ ਸੀਗੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ
ਜੇ ਉਹਨਾਂ ਕੋਲ ਬੜੇ ਸਿੰਪਲ ਜਿਹੇ ਤਰੀਕੇ ਹੁੰਦੇ ਸੀ, ਅੱਜ ਕੱਲ੍ਹ ਤਾਂ ਸ਼ੈਂਪੂ ਇੱਦਾਂ ਦੇ ਆ ਗਏ, ਪਾਊਡਰ ਆ ਗਏ ਵੀ ਜੇ ਚਿੱਚੜੀਆਂ ਪੈ ਗਈਆਂ ਆਹ ਹੋ ਜੂਗਾ ਜੀ, ਇੱਦਾਂ ਆਹ ਕਰ ਲਓ ਨਾਲ ਆ ਕੇ ਠੀਕ ਹੋ ਜਾਂਦੇ। ਉਸ ਟਾਈਮ ਤਾਂ ਸੱਪ ਦੀ ਕੁੰਜਲੀ ਨੂੰ ਲੈਂਦੇ ਸੀਗੇ, ਉਹ ਤਾਜ਼ੀ ਕੁੰਜਲੀ ਲੈ ਕੇ ਆਉਂਦੇ ਸੀ, ਉਹਨੂੰ ਗੁੜ ਦੇ ਵਿੱਚ ਪਾ ਕੇ ਕੁੱਤੇ ਦੇ ਮੂੰਹ 'ਚ ਪਾ ਦਿੰਦੇ ਸੀ, ਖਾ ਜਾਂਦਾ ਸੀ, ਮੁੜ ਕੇ ਸਾਰੀਆਂ ਚਿੱਚੜੀਆਂ ਫਿਚੜੀਆਂ ਸਾਰੀਆਂ ਉੜ ਜਾਂਦੀਆਂ ਸੀ, ਫਲੀ ਫਲੂ ਗਈਆਂ, ਗੱਲ ਖਤਮ, ਸਮਝ ਆਉਂਦੀ। ਨੀਲੇ ਤੋਤੇ ਨਾਲ ਇਲਾਜ ਕਰਦੇ ਸੀ ਇਸ ਚੀਜ਼ ਦਾ। ਸੋ ਹੁਣ ਤਾਂ ਇਹ ਬੜਾ ਆਧੁਨਿਕ ਯੁੱਗ ਹੈਗਾ ਜੀ, ਇਹਦੇ ਵਿੱਚ ਬਹੁਤ ਇੱਦਾਂ ਦੀਆਂ ਚੀਜ਼ਾਂ ਬਣ ਚੁੱਕੀਆਂ ਹੈਗੀਆਂ। ਸੋ ਕਮ ਟੂ ਦੈਟ ਪੁਆਇੰਟ ਕਿ ਮੈਂ ਤੁਹਾਨੂੰ ਮੇਨ ਮੁੱਦੇ 'ਤੇ ਆਉਣਾ ਹੈਗਾ ਆ, ਜੇ ਕਿਸੇ ਦੇ ਘਰ ਦੇ ਵਿੱਚ ਕੋਈ ਤਾਜ਼ਾ ਪਕਵਾਨ ਬਣਦਾ ਹੈਗਾ ਆ, ਫੀਡ ਦੇ ਨਾਲ ਨਾਲ ਉਹ ਫੀਡ ਦੇ ਨਾਲ ਨਾਲ ਜੋ ਵੀ ਤੁਸੀਂ ਡਰਾਈ ਫੀਡ ਦੇ ਰਹੇ ਹੋ ਉਹਦੇ ਨਾਲ ਨਾਲ ਉਹ ਤਾਜ਼ਾ ਫੀਡ ਦਿਵੋ ਘਰ ਦੀ, ਚਾਵਲ, ਰੋਟੀ, ਅੰਡੇ, ਦਹੀਂ, ਜੋ ਵੀ ਤੁਸੀਂ ਖਾਂਦੇ ਉਹਨੂੰ ਦਿਵੋ। ਜਿਹੜੀਆਂ ਚੀਜ਼ਾਂ ਨਹੀਂ ਦੇਣ ਵਾਲੀਆਂ ਹੈਗੀਆਂ ਉਹ ਵੀ ਮੈਂ ਤੁਹਾਨੂੰ ਕਦੀ ਤੁਸੀਂ ਮੈਨੂੰ ਪੁੱਛਣਾ ਚਾਹੋਗੇ ਤਾਂ ਮੈਨੂੰ ਮੇਰੇ ਵਟਸਐਪ ਨੰਬਰ ਦੇ ਉੱਪਰ ਤੁਸੀਂ ਮੈਨੂੰ ਵੋਇਸ ਮੈਸੇਜ ਦੁਆਰਾ ਪੁੱਛ ਸਕਦੇ ਹੋ ਵੀ ਅਸੀਂ ਕਿੱਦਾਂ ਕੀ ਕਰ ਸਕਦੇ ਹਾਂ ਫ੍ਰੀ ਆਫ ਕੋਸਟ। ਮੈਂ ਸਾਰਾ ਤੁਸੀਂ ਆਪਣਾ ਨੰਬਰ ਵੀ, ਮੇਰਾ ਨੰਬਰ ਹੈਗਾ ਜੀ 9876643761, ਬੜਾ ਸਿੰਪਲ ਜਿਹਾ ਨੰਬਰ ਹੈ 9876143761। ਠੀਕ ਹੈ ਜੀ, ਤੁਸੀਂ ਕੁਛ ਵੀ ਪੁੱਛਣਾ ਚਾਹੋ ਮੈਨੂੰ ਇਸੀ ਨੰਬਰ ਦੇ ਉੱਪਰ, ਮੇਰੇ ਵਟਸਐਪ ਨੰਬਰ ਹੈ, ਮੈਨੂੰ ਵੋਇਸ ਮੈਸੇਜ ਸੈਂਡ ਕਰੋ, ਦੈਨ ਆਈ ਵਿਲ ਸੈਂਡ ਯੂ ਦੈਟ ਟਿਪਸ, ਜੋ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ ਆ। ਅਤੇ ਵੀ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੋ ਘਰ ਦੇ ਰਾਈਸ ਬਣ ਰਿਹਾ, ਦਲੀਆ ਬਣ ਰਿਹਾ, ਤੁਹਾਡੇ ਖੀਰ ਬਣ ਰਹੀ ਹੈ ਜਾਂ ਖਿਚੜੀ ਬਣ ਰਹੀ ਹੈ, ਰੋਟੀਆਂ ਹੈਗੀਆਂ, ਬੱਕਰਾ ਬਣ ਰਿਹਾ, ਮੁਰਗਾ ਬਣ ਰਿਹਾ, ਕਿਸੇ ਵੀ ਤਰ੍ਹਾਂ ਦਾ ਤੁਸੀਂ ਮੀਟ ਖਾ ਰਹੇ ਹੋ, ਆਪਣੇ ਡੋਗਸ ਨੂੰ ਪਾਓ ਯਾਰ। ਦੇਖੋ ਇੱਕ ਗੱਲ ਹੋਰ ਵੀ, ਜਿਹੜਾ ਭੋਜਨ ਹੈ ਆਪਾਂ ਨੋਰਮਲ ਤਾਂ ਆਪਾਂ ਦਿੰਦੇ ਹਾਂ, ਜੇ ਆਪਾਂ ਚਿਕਨ ਮੀਟ ਦੀ ਮੈਂ ਗੱਲ ਕਰਾਂ, ਹੈ ਨਾ, ਨੋਨ ਵੈਜੀਟੇਰੀਅਨ, ਆਪਾਂ ਡੇਲੀ ਨੋਨ ਵੈਜੀਟੇਰੀਅਨ ਵੀ ਦੇਣਾ ਚਾਹੀਦਾ ਕੁੱਤੇ ਨੂੰ ਕਿ ਹਫ਼ਤੇ 'ਚ ਇੱਕ ਵਾਰੀ ਦੇ ਤਾ, ਦੋ ਵਾਰੀ ਦੇ ਤਾ, ਦੈਟਸ ਅ ਸਫੀਸ਼ੀਐਂਟ। ਦੇਖੋ ਜੀ ਤੁਹਾਡਾ ਬਹੁਤ ਅੱਛਾ ਕੁਸ਼ਚਨ ਹੈਗਾ ਆ, ਮੈਨੂੰ ਤੁਹਾਡੇ ਕੁਸ਼ਚਨ ਨਾਲ ਨਾ ਪਿਆਰ ਜਿਹਾ ਹੋ ਰਿਹਾ ਹੈ, ਕਿਉਂਕਿ ਜਿੰਨਿਆਂ ਨੇ ਮੇਰੀ ਇੰਟਰਵਿਊ ਲਿੱਤੀ ਹੈਗੀ ਆ ਉਹਨਾਂ ਕੋਲ ਇੱਦਾਂ ਦੇ ਕੁਸ਼ਚਨ ਨਹੀਂ, ਮਤਲਬ ਉਹਨਾਂ ਦੇ ਉਹਨਾਂ ਦਿਮਾਗ 'ਚ ਹੀ ਨਹੀਂ ਆਉਂਦੇ ਹੈਗੇ। ਦੇਖੋ ਜੀ ਕੁੱਤਾ ਇੱਕ ਕੈਨਾਈਨ ਹੈਗਾ ਆ, ਉਹਦੇ ਦੋ ਦੰਦ ਉੱਪਰਲੇ ਬੜੇ ਤਿੱਖੇ ਹੁੰਦੇ ਆ ਮਾਸ ਫੜਨ ਲਈ, ਦੋ ਦੰਦ ਨਿਚਲੇ ਹੁੰਦੇ ਆ, ਸਾਡੇ ਘੱਸ ਗਏ ਹੈਗੇ ਆ, ਸਾਡੇ ਵੀ ਬੜੇ ਹੁੰਦੇ ਸੀ ਕਿਸੇ ਟਾਈਮ ਦੇ ਵਿੱਚ, ਅਤੇ ਕੁੱਤਿਆਂ ਦੇ ਜਿਹੜੇ ਹਜੇ ਵੀ ਉਹ ਹੈ, ਇਟ ਮੀਨਸ ਇਹ ਮਾਸ ਫੜਨ ਲਈ ਹੈਗੇ, ਉਹਨਾਂ ਨੂੰ ਮਾਸ ਦੀ ਜ਼ਰੂਰਤ ਹੈਗੀ ਆ। ਠੀਕ ਹੈ ਜੀ, ਅਤੇ ਜੇ ਤੁਸੀਂ ਕੁੱਤੇ ਦਾ ਜਿਹੜਾ ਡਾਈਜੈਸ਼ਨ ਸਿਸਟਮ ਹੈਗਾ ਆ ਉਹ ਹਿਊਮਨ ਬੀਂਗ ਦੇ ਨਾਲ ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ, ਪਰ ਹਿਊਮਨ ਬੀਂਗ ਕੀ ਕਰਦਾ, ਨਹੀਂ ਮੇਰਾ ਬੱਚਾ ਹੈ ਯਾਰ ਮੈਂ ਤਿੰਨ ਟਾਈਮ ਖਾ ਰਿਹਾ, ਕੁੱਤੇ ਨੂੰ ਵੀ ਤਿੰਨ ਟਾਈਮ ਪਾਊਂਗਾ, ਜੇ ਮਾਂ ਚੀਜ਼ ਪਾ ਰਿਹਾ ਮੈਂ ਵੀ ਕੁੱਤੇ ਨੂੰ ਪਾਊਂਗਾ, ਨਾ ਜੀ ਨਾ। ਜੇ ਤੁਸੀਂ ਉਹਨੂੰ ਡੇਲੀ ਵੀ ਮੀਟ ਪਾ ਦਿਓਗੇ ਨਾ ਤਾਂ ਵੀ ਉਹ ਡੇਲੀ ਖਾ ਲੂਗਾ, ਉਹਦਾ ਮੈਦਾ ਇੰਨਾ ਹੈ, ਤੇਜ਼ਾਬੀ ਮੈਦਾ ਆ ਉਹਦਾ, ਉਹਦੇ ਵਿੱਚ ਉਹ 7-10 ਦਿਨ ਪੁਰਾਣਾ ਜਿਹ 'ਚ ਕੀੜੇ ਪਏ ਹੁੰਦੇ ਹੈ, ਉਹ ਵੀ ਮਾਸ ਖਾ ਕੇ ਆਪਣੇ ਢਿੱਡ ਭਰ ਲੈਂਦਾ ਹੈ। ਇੱਥੇ ਅਸੀਂ 2 ਦਿਨ ਪੁਰਾਣਾ ਬਿਆ ਹੋਇਆ ਖਾਣਾ ਖਾ ਲਈਏ, ਸਾਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ, ਅਸੀਂ ਕੋਲੰਬੀਆ ਜਾਂਦੇ ਹਾਂ ਜੀ। ਇਹਦੇ ਨਾਲ ਇੱਕ ਜੁੜਦਾ ਹੋਰ ਸਵਾਲ ਜੁੜਦਾ ਵੀ ਜਦ ਕੋਈ ਬੰਦਾ ਘਰ ਦੇ ਵਿੱਚ ਮੀਟ ਖਾਂਦਾ ਤਾਂ ਉਹ ਹੱਡੀਆਂ ਰੱਖ ਦਿੰਦਾ ਕੁੱਤੇ ਲਈ ਵੀ ਯਾਰ, ਹੈ ਨਾ, ਵੀ ਆਪਾਂ ਮੀਟ ਚੱਲ ਆਪਾਂ ਖਾ ਲੈਂਦੇ ਹਾਂ, ਹੱਡੀਆਂ ਸਾਡਾ ਕੁੱਤਾ ਖਾ ਲਏਗਾ ਕਿਉਂਕਿ ਉਹਦੇ ਦੰਦ ਸਟਰੋਂਗ ਨੇ, ਉਹਦਾ ਇਮਿਊਨ ਸਿਸਟਮ ਸਹੀ ਹੈ। ਇਹ ਕੀ ਗੱਲ ਸਹੀ ਹੈ ਵੀ ਦੰਦ ਤਾਂ ਉਹਦੇ ਵੀ ਕੈਲਸ਼ੀਅਮ ਦੇ ਬਣੇ ਨੇ। ਦੇਖੋ ਵੀ ਜੀ ਗੱਲ ਇੱਦਾਂ ਆ, ਜਿਹੜਾ ਕੁੱਤਾ ਨਾ ਉਹ ਹੱਡੀਆਂ ਭੰਨਣ ਵਾਸਤੇ ਕਿ ਮਸਲਸ ਇੰਨੇ ਸਟਰੋਂਗ ਹੁੰਦੇ ਆ ਉਹਨਾਂ ਦੇ, ਅਸੀਂ ਮੱਕੀ ਦਾ ਦਾਣਾ ਤੋੜਨ ਲੱਗੇ ਨਾ ਦੰਦ ਦੇ ਵਿੱਚ ਸਾਡੇ ਦਰਦ ਹੋਣ ਲੱਗ ਜਾਂਦਾ। ਕੁੱਤੇ ਦਾ ਜਬੜਾ ਸੀਜ਼ਰ ਉਹਦੇ ਜਿਹੜੇ ਚੱਬਣ ਵਾਲੇ ਮੋਲਰ ਟਿੱਥ ਨੇ ਉਹ ਇੰਨੇ ਤਕੜੇ ਹੁੰਦੇ ਨੇ ਕਿ ਉਹ ਅਗਰ ਅਸੀਂ ਬੱਕਰੇ ਦੀ ਜਾਂ ਬੱਕਰੇ ਦੀ ਤਾਂ ਨਾ ਕਹੀਏ, ਅਸੀਂ ਚਿਕਨ ਦੀ ਅਸੀਂ ਲੈਗ ਵਾਲੀ ਹੱਡੀ ਦੇ ਦਈਏ ਨਾ, ਕਚੜ ਕਚੜ ਕਰਕੇ ਤੋੜ ਕੇ ਖਾ ਜਾਂਦਾ। ਬਟ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਬਈ ਮੇਰੇ ਕੋਲ ਕਿੰਨੇ ਕੇਸ ਆਉਂਦੇ ਨੇ ਇੱਦਾਂ ਦੇ, ਡਾਕਟਰ ਕੋਲ ਬਾਅਦ 'ਚ ਜਾਂਦੇ ਨੇ, ਪਹਿਲਾਂ ਮੈਨੂੰ ਪੁੱਛਿਆ ਜਾਂਦਾ ਆ ਕਿ ਭਾਅ ਜੀ ਸਾਡੇ ਕੁੱਤੇ ਦੇ ਨਾ ਰਾਤ ਹੱਡੀਆਂ ਖਾਈਆਂ ਸੀਗੀਆਂ ਅਤੇ ਹੁਣ ਬਿਮਾਰ ਪਿਆ, ਰੋਟੀ ਨਹੀਂ ਖਾ ਰਿਹਾ, ਉਲਟੀਆਂ ਕਰ ਰਿਹਾ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੁਰਗੇ ਦੀ ਗਰਦਨਾਂ ਪਸਲੀਆਂ ਜੋ ਮਰਜ਼ੀ ਪਾ ਦਿਓ, ਪਰ ਮੁਰਗੇ ਦੀ ਲੈਗ ਵਾਲੀ ਹੱਡੀ ਨਹੀਂ ਦੇਣੀ ਹੈ। ਕੁੱਤੇ ਜਿਹੜੇ ਡੋਮੈਸਟਿਕ ਨੇ ਸਾਡੇ ਘਰ ਰੱਖੇ ਹੋਏ ਕੁੱਤੇ, ਇਹ ਸਟਰੀਟ ਡੋਗ ਦਾ ਮੁਕਾਬਲਾ ਨਹੀਂ ਕਰ ਸਕਦੇ ਹੈਗੇ ਹੈ, ਇੱਕ ਘਰੇਲੂ ਕੁੱਤੇ ਨੇ। ਇਹਨਾਂ ਨੂੰ ਇਹ ਹੁੰਦਾ ਆ ਕਿ ਵੀ ਪੂਰੀ ਦੀ ਪੂਰੀ ਹੱਡੀ ਨਿਕਲ ਜਾਵੇ, ਜਦੋਂ ਪੂਰੀ ਦੀ ਪੂਰੀ ਹੱਡੀ ਨਿਕਲ ਜਾਂਦੇ ਨੇ ਉਹ ਹੱਡੀ ਪਚਦੀ ਨਹੀਂ 2-3 ਦਿਨ ਲਈ, ਅਤੇ ਮੁੜ ਕੇ ਕਈਆਂ ਦੀ ਤਾਂ ਇੰਨੀ ਬੁਰੀ ਤਰੀਕੇ ਨਾਲ ਅੰਦਰ ਫਸ ਜਾਂਦੀ ਹੈ, ਸਰਜਰੀ ਕਰਕੇ ਉਹਨੂੰ ਉਹਦੇ ਲੰਪ ਬਣੇ ਹੋਏ ਕੱਢਣੇ ਪੈਂਦੇ ਆ ਐਜ਼ ਇਟ ਇਜ਼ ਇਤੀ। ਸੋ ਕਹਿਣ ਦਾ ਮਤਲਬ ਹੈ ਜਿਹਨੇ ਵੀ ਆਪਣੇ ਡੋਗ ਨੂੰ ਕੁਝ ਹੱਡੀ ਪਾਣੀ ਹੈ, ਜਾਂ ਤਾਂ ਹੱਡੀਆਂ ਦਾ ਚੂਰਾ ਕਰਕੇ ਉਹਦੇ ਪਰ ਕੋਈ ਹੈਵੀ ਚੀਜ਼ ਮਾਰ ਕੇ ਉਹਦਾ ਚੂਰਾ ਕਰਕੇ ਖਾਣਾ ਪਾ ਦਿਉ, ਬੜੀ ਹੱਡੀ ਕਦੀ ਵੀ ਨਹੀਂ ਦੇਣੀ ਹੈ। ਕੁੱਤੇ ਨੂੰ ਆਪਣੀ ਹੱਡੀ ਨਾਲ ਬਹੁਤ ਪਿਆਰ ਹੁੰਦਾ ਆ, ਉਹ ਪੂਰੀ ਦੀ ਪੂਰੀ ਨਾ ਉਹਨੂੰ ਇਹ ਲੱਗਦਾ ਕਿਤੇ ਮੇਰਾ ਮਾਲਕ ਚੱਕ ਨਾ ਲਵੇ, ਉਹ ਪੂਰੀ ਦੀ ਪੂਰੀ ਨਿਕਲ ਜਾਂਦਾ ਆ, ਜਿਸ ਕਰਕੇ ਅੱਧੇ ਕੁੱਤੇ ਅੱਧੀ ਮਰ ਜਾਂਦੇ ਨੇ। ਸੋ ਪਾਉਣਾ ਜੇ ਤੁਸੀਂ ਹੱਡੀਆਂ ਪਾਉਣਾ ਚਾਹੁੰਦੇ ਹੋ, ਜਾਂ ਤਾਂ ਹੱਡੀਆਂ ਇਕੱਠੀਆਂ ਕਰਕੇ ਉਹਨੂੰ ਭੰਨ ਦਿਉ ਚੰਗੀ ਤਰੀਕੇ ਨਾਲ ਤਾਂ ਪਾ ਦਿਉ, ਜਾਂ ਫਿਰ ਤੁਸੀਂ ਇਕੱਲੀ ਮੁਰਗੇ ਦੀ ਨੈੱਕ ਆਉਂਦੀ ਹੈਗੀ ਉਹਨੂੰ ਬੋਇਲ ਕਰਕੇ ਤੁਸੀਂ ਦੇ ਸਕਦੇ ਹੋ। ਮੁਰਗੇ ਦੀ ਨੈੱਕ ਤਾਂ ਆਪਾਂ ਗੱਲ ਕਰ ਲਈਏ, ਇੱਕ ਇਹਦੇ ਨਾਲ ਜੁੜਦਾ ਹੋਰ ਹੈ ਮੁਰਗੇ ਦੀ, ਮੈਂ ਗੱਲ ਕਰਦਾ ਮੁਰਗੇ ਦੀ, ਇੱਕ ਸਿਰੀ ਨਹੀਂ ਖਾਂਦੇ ਹੈਗੇ ਲੋਕੀ, ਜਾਂ ਉਹਦੇ ਪੰਜੇ, ਪੰਜੇ ਤਾਂ ਚਲੋ ਲੋਕੀ ਖਾ ਲੈਂਦੇ ਨੇ ਸਰਦੀਆਂ ਦੇ ਵਿੱਚ, ਅਤੇ ਕੁੱਤਿਆਂ ਲਈ ਮੈਂ ਅਕਸਰ ਦੇਖਦਾ ਹੁੰਦਾ ਕਈ ਮੇਰੇ
ਜਿਹੜੀ ਸਿਰ ਦੀ ਹੱਡੀ ਹੁੰਦੀ ਆ ਉਹ ਵੀ ਬੜੀ ਸਖਤ ਹੁੰਦੀ ਆ ਮੇਰੇ ਖਿਆਲ ਨਾਲ, ਹਨਾ ਹਰੇਕ ਬੰਦੇ ਜਿਵੇਂ ਬੰਦੇ ਇਨਸਾਨ ਦੀ ਹੈ, ਹਨਾ ਇਨਸਾਨ ਦੀ ਹੈ, ਜਾਂ ਐਵੇਂ ਸੀਰੀ ਮੁਰਗੇ ਦੀ ਵੀ ਹਾਰਡ ਹੁੰਦੀ ਹੈ, ਬੱਕਰੇ ਦੀ ਵੀ ਹਾਰਡ ਹੁੰਦੀ ਹੈ, ਸੂਰ ਦੀ ਵੀ ਹਾਰਡ ਹੁੰਦੀ ਹੈ, ਹਨਾ ਹੈ ਤਾਂ ਉਹ ਮਾਸ ਇੱਕ ਤਰੀਕੇ ਦਾ। ਤੇ ਕੀ ਉਹ ਸਿਰੀ ਵੀ ਇਜ਼ ਗੁੱਡ ਫੋਰ ਅ ਡੋਗ? ਜੀ ਜੀ ਜੀ, ਦੇਖੋ ਜੀ ਕੋਈ ਵੀ ਹੱਡੀ ਹੈਗੀ ਹੈ ਕੁੱਤੇ ਲਈ ਕੈਲਸ਼ੀਅਮ ਹੈ, ਉਹ ਫਾਸਫੋਰਸ ਦਾ ਕੰਮ ਕਰਨਾ, ਕੈਲਸ਼ੀਅਮ ਦਾ ਕੰਮ ਕਰਨਾ, ਉਹਨੇ ਖਾਈ ਜਾਣੀ ਹੈਗੀ ਹੈ ਅਤੇ ਉਹਦੇ ਅੰਦਰ ਜਾ ਕੇ ਉਹਦੀ ਐਨਰਜੀ ਬੰਨੀ ਓ ਬੰਨੀ ਹੈਗੀ ਆ। ਜੇ ਸਿਰੀਆਂ ਮਿਲਦੀਆਂ ਜਾਂ ਤੁਹਾਨੂੰ ਮੁਰਗੇ ਦੇ ਪੰਜੇ ਮਿਲਦੇ ਆ, ਇਹਨੂੰ ਬੋਇਲ ਕਰਕੇ ਤੁਸੀਂ ਜਾਨਵਰ ਨੂੰ ਦੇ ਸਕਦੇ ਹੋ ਜੀ। ਉਹਦੇ ਵਿੱਚ ਪ੍ਰੋਟੀਨ ਹੈ, ਫੈਟ ਹੈ ਅਤੇ ਸਾਰਾ ਜਿੰਨਾ ਵੀ ਕੈਲਸ਼ੀਅਮ ਹੈ ਉਹਦੇ ਵਿੱਚ ਜੀ। ਇਹ ਸਹੀ ਹੈ ਤੁਹਾਡੀ ਜਾਣਕਾਰੀ, ਮੈਨੂੰ 15 ਸਾਲ ਦਾ ਤਜਰਬਾ ਜੇ ਪਤਾ ਲੱਗਿਆ ਤਾਂ ਆਪਣੀ ਸੱਚੀ ਗੱਲ ਹੈ ਵੀ ਜਿਹੜੇ ਡਾਕਟਰ ਨੇ ਬਹੁਤ ਡਿਗਰੀਆਂ ਕਰਕੇ ਜਾਂ ਇੱਥੇ ਉਹ ਐਕਸਪੀਰੀਅੰਸ ਦੇ ਨਾਲ ਹੁੰਦਾ। ਇਹਦੇ ਨਾਲ ਜੁੜਦਾ ਇੱਕ ਸਵਾਲ ਇਹ ਹੈ ਵੀ ਜੇ ਤੁਹਾਡਾ ਡੋਗ ਬਿਮਾਰ ਹੈ, ਕੋਈ ਹਰਕਤ ਨਹੀਂ ਕਰ ਰਿਹਾ, ਹੈ ਨਾ, ਉਹ ਸਭ ਤੋਂ ਪਹਿਲਾਂ ਡਾਕਟਰ ਕੋਲ ਭੱਜਦੇ ਨੇ ਵੀ ਸਾਡਾ ਡੋਗ ਦੇਖੋ। ਜੇ ਉਹ ਘਰ ਦੇ ਵਿੱਚ ਹੋਮ ਰੈਮੇਡੀ ਕਰਨਾ ਚਾਹੁਣ, ਜਿਵੇਂ ਆਪਣੇ ਘਰ ਦੇ ਵਿੱਚ ਆਪਣੇ ਫਾਦਰ ਨੇਗੇ, ਮੇਰੇ ਫਾਦਰ ਨੇਗੇ, ਜਦੋਂ ਮੈਂ ਬਿਮਾਰ ਹੁੰਦਾ ਜਾਂ ਮੈਨੂੰ ਖੰਘ ਜ਼ੁਕਾਮ ਹੁੰਦਾ, ਮੈਨੂੰ ਰੈਮੇਡੀ ਦੱਸ ਦਿੰਦੇ ਨੇ ਵੀ ਤੂੰ ਐਵੇਂ ਕਰ ਲੈ, ਹੈ ਨਾ, ਤੂੰ ਠੀਕ ਹੋ ਜਾਏਗਾ, ਹੈ ਨਾ। ਜੇ ਆਪਣਾ ਕੁੱਤਾ ਕੋਈ ਬਿਮਾਰ ਹੈ, ਕੋਈ ਹਰਕਤ ਨਹੀਂ ਕਰ ਰਿਹਾ, ਉਹ ਡਾਕਟਰ ਕੋਲ ਚੁੱਕ ਕੇ ਲੈ ਜਾਂਦੇ ਨੇ ਵੀ ਇਹ ਬਿਮਾਰ ਹੈ ਜਾਂ ਕੁਛ ਹੈ, ਆਪਾਂ ਨੂੰ ਇਹ ਕਿੱਦਾਂ ਪਤਾ ਲੱਗ ਸਕਦਾ ਵੀ ਕੁੱਤੇ ਨੂੰ ਕਿਹੜੀ ਪ੍ਰੋਬਲਮ ਹੈ? ਜੇ ਘਰ ਦੇ ਵਿੱਚ ਖੁਦ ਦੇਖਣਾ ਚਾਹੇ ਜਾਂ ਟੈਸਟ ਕਰਨਾ ਚਾਹੇ, ਜਾਂ ਕਹਿੰਦੇ ਵੀ ਰਾਤ ਨੂੰ, ਜਿਵੇਂ ਤੁਹਾਡੇ ਪਿਛਲੇ ਆਂਸਰ ਤੋਂ ਹੀ ਮੈਂ ਫੜ ਲਾਂ ਗੱਲ ਵੀ ਰਾਤ ਨੂੰ ਕੁੱਤੇ ਨੇ ਹੱਡੀ ਖਾ ਲਈ, ਉਲਟੀਆਂ ਕਰ ਰਿਹਾ, ਹੈ ਨਾ, ਉਹਨਾਂ ਨੇ ਤਾਂ ਚਲੋ ਫੜ ਲਈ, ਬਟ ਅਗਰ 1-2 ਦਿਨ ਹੋ ਜਾਣ ਉਹ ਖਾਂਦਾ ਰਹੇ, ਹਲਕਾ ਫੁਲਕਾ ਖਾਂਦਾ ਰਹੇ, ਆਪਾਂ ਘਰ ਦੇ ਵਿੱਚ ਕਿੱਦਾਂ ਦੇਖ ਸਕਦੇ ਵੀ ਕੁੱਤੇ ਨੂੰ ਕੀ ਪ੍ਰੋਬਲਮ ਹੈ, ਜਾਂ ਆਪਾਂ ਡਾਕਟਰ ਨੂੰ ਫੋਨ ਕਰਦੇ? ਹੋਮ ਰੈਮਡੀ ਦੀ ਮੈਂ ਗੱਲ ਕਰਦਾ। ਦੇਖੋ ਜੀ ਗੱਲ ਇੱਦਾਂ ਆ, ਕੁੱਤਾ ਨਾ ਆਪਣਾ ਪਾਸਟ ਨਹੀਂ ਉਹਨੂੰ ਪਤਾ ਹੁੰਦਾ, ਆਪਣਾ ਫਿਊਚਰ ਨਹੀਂ ਪਤਾ ਹੁੰਦਾ ਕੁੱਤੇ ਨੂੰ, ਉਹ ਪ੍ਰੈਜ਼ੈਂਟ 'ਚ ਰਹਿੰਦਾ ਹੈ। ਕਿ ਇਹ ਜਿਹੜੇ ਬੇਜ਼ੁਬਾਨ ਜੀਵ ਨੇ ਨਾ, ਇਹ ਪ੍ਰੈਜ਼ੈਂਟ 'ਚ ਰਹਿੰਦੇ ਨੇ, ਹਿਊਮਨ ਬੀਇੰਗ ਨੂੰ ਵੀ ਇਹ ਮੈਸੇਜ ਦਿੰਦੇ ਨੇ ਕਿ ਵੀ ਤੁਸੀਂ ਵੀ ਭਾਈ ਫਿਊਚਰ ਦੇ ਵਿੱਚ ਅਤੇ ਪਾਸਟ 'ਚ ਨਾ ਖੋਏ ਰਹੋ, ਪ੍ਰੈਜ਼ੈਂਟ 'ਚ ਆ ਜਾਓ। ਹਿਊਮਨ ਬੀਇੰਗ ਜਾਂ ਕੋਈ ਹੋਰ ਵੀ, ਉਹਨੂੰ ਬਿਮਾਰੀ ਤਦੀ ਉਹ ਲੱਗਦੀ ਹੈ ਜੇ ਉਹ ਫਿਊਚਰ 'ਚ ਫਿਰਦਾ ਰਹਿੰਦਾ ਅਤੇ ਪਾਸਟ 'ਚ ਫਿਰਦਾ, ਪ੍ਰੈਜ਼ੈਂਟ ਖੋ ਦਿੰਦਾ ਆਪਣਾ। ਕੁੱਤੇ ਪ੍ਰੈਜ਼ੈਂਟ ਦੇ ਵਿੱਚ ਰਹਿੰਦੇ ਆ ਜੀ, ਇਸੇ ਕਰਕੇ ਇਹਨਾਂ ਨੂੰ ਕੋਈ ਵੀ ਅਦ੍ਰਿਸ਼ ਤਾਕਤ ਦਿਖਦੀ ਹੈ, ਇਹਨਾਂ 'ਚ ਸਿਕਸ ਸੈਂਸ ਹੈ, ਕਲਰ ਬਲਾਈਂਡਨੈਸ ਹੁੰਦੀ ਹੈ, ਲਿਸਨਿੰਗ ਪਾਵਰ ਤਕੜੀ ਹੁੰਦੀ ਆ। ਹਿਊਮਨ ਬੀਇੰਗ ਦੇ ਨਾਲੋਂ 3000 ਗੁਣਾ ਇਹਨਾਂ ਦੀ ਸੁੰਘਣ ਸ਼ਕਤੀ ਤਕੜੀ ਹੁੰਦੀ ਹੈ। ਸੋ ਨੈਚੁਰਲ ਪਰਮਾਤਮਾ ਨੇ ਇਹਨੂੰ ਇੱਦਾਂ ਦਾ ਬਣਾਇਆ ਹੈਗਾ ਆ ਕਿ ਇਹ ਇੱਕ ਨਾ ਮੈਨੂੰ ਲੱਗਦਾ ਸਿਕਸ ਸੈਂਸ ਗੈਜਟ ਹੈ ਜੀ। ਮੇਰੇ ਲਈ ਤਾਂ ਮੈਂ ਤਾਂ ਇਹਨੂੰ ਐਡਾ ਤਕੜਾ ਗੈਜਟ ਮੰਨਦਾ ਹੈਗਾ ਆ, ਮੋਬਾਈਲ ਵੀ ਇਹਨਾਂ ਦੇ ਅੱਗੇ ਫੇਲ ਨੇ ਜੀ। ਇਹ ਸਿਕਸ ਸੈਂਸ ਗੈਜਟ ਹੈ ਡੋਗ ਜਿਹੜਾ ਹੈਗਾ ਆ, ਇਹ ਦੱਸ ਦਿੰਦਾ ਕਿ ਇੱਥੇ ਆਤਮਾ ਹੈ, ਇੱਥੇ ਆਹ ਚੀਜ਼ ਹੈ, ਆਹ ਚੀਜ਼ ਹੋਣ ਵਾਲੀ ਹੈ, ਪ੍ਰੈਜ਼ੈਂਟ ਦੇ ਵਿੱਚ ਰਹਿੰਦਾ ਤਾਂ ਇਹਨੂੰ ਇਹ ਪਤਾ ਲੱਗਦਾ ਹੈ। ਅਤੇ ਆਪਾਂ ਹੁਣ ਗੱਲ ਕਰੀਏ ਇਹਦੀ ਬਿਮਾਰੀ ਦੀ ਹੈ ਜੀ, ਅਤੇ ਜਿੱਦਾਂ ਹਿਊਮਨ ਬੀਇੰਗ ਦਾ ਨੋਰਮਲ ਟੈਂਪਰੇਚਰ ਜਿਹੜਾ ਹੁੰਦਾ ਆ, ਜੇ ਆਪਾਂ ਹੁਣ ਆਪਣਾ ਟੈਂਪਰੇਚਰ ਚੈੱਕ ਕਰੀਏ 99-100 ਟੈਂਪਰੇਚਰ ਆਪਣਾ ਨੋਰਮਲ ਰਹਿੰਦਾ ਆ, ਕੁੱਤੇ ਦਾ 102-103 ਨੋਰਮਲ ਟੈਂਪਰੇਚਰ ਪਾਇਆ ਜਾਂਦਾ, 101-102 ਨੋਰਮਲ ਟੈਂਪਰੇਚਰ ਪਾਇਆ ਜਾਂਦਾ ਹੈਗਾ। ਸੋ ਹੁਣ ਆਪਾਂ ਗੱਲ ਕਰੀਏ ਜਦ ਲੂ ਚੱਲਦੀ ਹੈ, ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਅਸੀਂ ਟੀ ਸ਼ਰਟਾਂ ਪਾਏ ਹੁੰਦੇ ਏਸੀਆਂ 'ਚ ਰਹਿੰਦੇ ਹਾਂ, ਠੀਕ ਹੈ ਜੀ, ਅਤੇ ਕੁੱਤੇ ਆਪਾਂ ਬਾਹਰ ਛੱਡੇ ਹੁੰਦੇ ਨੇ ਬਰਾਂਡੇ 'ਚ, ਅਤੇ ਬਰਾਂਡੇ ਦੇ ਵਿੱਚ, ਅਤੇ ਉਹਨੂੰ ਇੰਨੇ ਕੁ ਤਕੜੀ ਉਹਨਾਂ ਨੂੰ ਗਰਮੀ ਲੱਗ ਰਹੀ, ਇੱਕ ਬਾਕੀ ਉਹਨੇ ਪਰਮਾਤਮਾ ਨੇ ਉਹਦੇ ਉੱਪਰ ਇੱਕ ਜੈਕਟ ਚੜ੍ਹਾਈ ਹੋਈ ਆ, ਉਹਦੇ ਵਾਲ ਕੋਟ, ਸਾਡੇ ਸਕਿਨ 'ਤੇ ਤਾਂ ਇੰਨੇ ਵਾਲ ਹੈ ਨਹੀਂ ਜਿੰਨੇ ਕੁੱਤੇ ਦੇ ਜ਼ਿਆਦਾ ਹੁੰਦੇ ਨੇ ਤਾਦਾਦ 'ਚ, ਅਤੇ ਇੱਕ ਤਾਂ ਉਹਦੇ ਜੈਕਟ ਚੜ੍ਹਾਈ ਹੋਈ ਆ, ਉਹਦੇ ਰਜਾਈ ਚੜ੍ਹੀ ਹੋਈ ਆ ਆਲਰੇਡੀ, ਅਤੇ ਉਹ ਵਿਚਾਰਾ ਇੰਨਾ ਤੰਗ ਹੋਇਆ ਹੁੰਦਾ, ਡੀਹਾਈਡਰੇਟ ਹੋਇਆ ਹੁੰਦਾ ਆ, ਰੋਟੀ ਖਾਣੀ ਛੱਡ ਦਿੰਦਾ ਆ, ਅਤੇ ਲੋਕ ਚੱਕ ਕੇ ਡਾਕਟਰਾਂ ਕੋਲ ਲੈ ਜਾਂਦੇ, ਸਾਡੇ ਤਾਂ ਕੁੱਤੇ ਨੇ ਜੀ ਅੱਜ ਰੋਟੀ ਨਹੀਂ ਖਾਈ ਹੈਗੀ ਆ, ਸਰ ਦੱਸੋ। ਅਤੇ ਮੇਰਾ ਮਤਲਬ ਹੁਣ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰੂੰਗਾ, ਮਤਲਬ ਕਿ ਮੇਰੇ ਸਵਾਲ ਦਾ ਉਹੀ ਆਨਸਰ ਹੈ ਵੀ ਜੇ ਕੋਈ ਕੁੱਤਾ ਬਿਮਾਰ ਹੈ ਹੋਮ ਰੈਮੇਡੀ ਦੇ ਲਈ, ਪਹਿਲਾਂ ਜੀ ਆਪਣੇ ਕੁੱਤੇ ਨੂੰ ਚੈੱਕ ਕਰੋ ਵੀ ਕੀ ਦਿੱਕਤ ਹੈਗੀ ਆ, ਉਹ ਤੁਹਾਨੂੰ ਉਹਦੇ ਸਿਮਟਮਸ ਦਿਖਣਗੇ ਕਿ ਉਲਟੀਆਂ ਕਰ ਰਹੇ ਆ, ਥੋੜ੍ਹੀ ਦੇਰ ਵੇਟ ਕਰੋ, ਇੰਨੇ ਜੁਝਾਰੂ ਹੁੰਦੇ ਇੰਨੀ ਜਲਦੀ ਮਰਦੇ ਨਹੀਂ ਹੈਗੇ ਆ, ਪਹਿਲਾਂ ਦੇਖੋ ਕਿ ਉਲਟੀਆਂ ਕਰ ਰਹੇ ਆ, ਸਮਝ ਆਉਂਦੀ ਹੈ ਗੱਲ, ਡਾਕਟਰਸ ਕੋਲ ਫੇਲ ਲੈ ਕੇ ਜਾਓ ਯਾਰ, ਇੱਦਾਂ ਜੇ ਹੁਣ ਗਰਮੀ 'ਚ ਰੋਟੀ ਨਹੀਂ ਖਾ ਰਹੇ ਆ, ਠੰਡ 'ਚ ਰੋਟੀ ਨਹੀਂ ਖਾ ਰਹੇ ਆ, ਤਾਂ ਜਾ ਕੇ ਡਾਕਟਰਾਂ ਦੇ, ਮੈਨੂੰ ਇਹ ਚੀਜ਼ ਠੀਕ ਨਹੀਂ ਲੱਗਦੀ, ਮੈਂ ਲੋਕਾਂ ਨੂੰ ਗਾਈਡ ਕਰਦਾ ਹਾਂ। ਇਸ ਕਰਕੇ ਕਿੰਨੇ ਮੇਰੇ ਫਰੈਂਡ ਹੈਗੇ ਨੇ ਡਾਕਟਰਸ ਜਿਹੜੇ ਮੇਰੇ ਅੰਗੇਜ਼ਡ ਹੈ, ਉਹ ਕਹਿੰਦੇ ਯਾਰ ਸਾਡਾ ਤੂੰ ਧੰਦਾ ਚੌਪੜ ਕਰ ਦੇਣਾ ਹੈਗਾ, ਇੱਦਾਂ ਦੀਆਂ ਗੱਲਾਂ ਦੱਸ ਦਿੰਦਾ ਹਾਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਨਾਮ ਨਹੀਂ ਲਊਂਗਾ ਆ ਕਿ ਤੁਸੀਂ ਹਰ ਦੀ ਇੱਕ ਰੋਟੀ ਦਾ ਜ਼ਰੀਆ ਜੀ, ਇੱਕ ਰੋਟੀ ਦਾ ਜ਼ਰੀਆ ਹੈਗਾ, ਮੇਰਾ ਵੀ ਇੱਕ ਰੋਟੀ ਦਾ ਜ਼ਰੀਆ ਹੈਗਾ ਆ, ਢਿੱਡ ਪਾਲ ਰਹੇ ਹਾਂ ਜੀ। ਅਤੇ ਗੱਲ ਇਹ ਹੈ, ਕਹਿਣ ਦਾ ਮਤਲਬ ਇਹ ਹੈ ਕਿ ਕਦੀ ਵੀ ਇੰਨੀ ਜਲਦੀ ਨਹੀਂ ਦਿਖਾਉਣੀ ਚਾਹੀਦੀ। ਦੇਖੋ ਬਹੁਤ ਰੈਮਡੀਜ਼ ਹੈਗੀਆਂ ਜਿਹੜੀ ਤੁਸੀਂ ਰੈਮਡੀਜ਼ ਜਿਹੜੀ ਮੇਰੇ ਤੋਂ ਪੁੱਛ ਸਕਦੇ ਹੋ ਫੋਨ 'ਤੇ ਕਿ ਵੀ ਆਹ ਚੀਜ਼ ਹੋ ਰਹੀ ਹੈ ਜੀ, ਮੈਂ ਤੁਹਾਨੂੰ ਦੱਸ ਸਕਦਾ ਹਾਂ, ਠੀਕ ਹੈ ਜੀ। ਅਤੇ ਮਤਲਬ ਤੁਸੀਂ ਸਾਰਿਆਂ ਨਾਲ ਪਹਿਲਾਂ ਇਹ ਦੇਖੋ ਕਿ ਮੇਰਾ ਕੁੱਤਾ ਨੋਰਮਲ ਹੈਗਾ ਆ ਜਾਂ ਐਬਨੋਰਮਲ ਬਿਹੇਵ ਕਰ ਰਿਹਾ ਹੈਗਾ, ਤੁਰ ਰਿਹਾ ਨਹੀਂ ਹੈ, ਗਿਰ ਗਿਆ, ਨਿਢਾਲ ਹੈ, ਫਿਰ ਸਾਨੂੰ ਸਮਝ ਆਉਂਦੀ ਹੈ ਵੀ ਹੁਣ ਅਸੀਂ ਡਾਕਟਰ 'ਤੇ ਜਾਈਏ। ਜੇ ਇੱਕ ਦਿਨ ਰੋਟੀ ਨਹੀਂ ਖਾ ਰਿਹਾ ਤਾਂ ਐਡੀ ਟੈਂਸ਼ਨ ਲੈਣ ਵਾਲੀ ਜ਼ਰੂਰਤ ਨਹੀਂ।
क्योंकि ह्यूमन बीइंग की बॉडी है चाहे वह जानवर की बॉडी है वो एक बार दे विच एक ही काम कर पाऊगी साड़ी बॉडी या तो वह खाए हुए नूं पचाऊगी या अपने आप नूं हील करू जे कुत्ता रोटी छड़ रहे है ना सिक्स सेंस है वो छड़ी ज्ञान इंद्री है जो रोटी छड़ रहे हैं कोई कारणवश छड़ रहे हैं भाई मैं ठीक नहीं है मम्मी पापा मैं अजे जरूरत नहीं हैगी खाने की पहले मैं अपने आप ठीक कर लवा उस बाद मैं खा लूँगा पर साडे ह्यूमन बीइंग कद मन देने जी लै मेरे तो कुत्ते ने रोटी नहीं खाई मैं तो चलिया डॉक्टर को लैके मतलब कालापन होछापन आप सीधे भी मेरे कुत्ता बीमार है जिवें आप जवाकों वांगू पालते हैं भी उस तो वधिया भी आप घर के इलाज कुछ कर सकी होम रेमेडी कुछ एवं का जी जब भी कोई इंसान या कोई जानवर बीमार होंगे ना वो अपना खाना छड़ देता है धक्का नहीं करना चाहिए क्योंकि बॉडी अपने आप को हील कर रही है भुखा रख दी दो ही काम कर सकती है ना बॉडी एक काम कर सकती है बॉडी दो काम कट्ठे नहीं कर सकती जे हुण धक्के नाल तुसीं उहनूं दलिया खिलाता या धक्के नाल उहनूं दुद्ध पिलाता खा ला पुत्त इन्ने दिन हो गए खाया नहीं खा ला हुण बॉडी उहनूं पहचान नूं लग जू जो खाया अपनी बॉडी नूं हील नहीं कर पाऊगी ते जे भुखा ना उहनूं भुखा रहण दो देखो एक दो दिन नॉर्मल हो जूगा ते दर्शको थापर जी ने तुहानूं साडी गल्लबात करके किवें दा लग्या सानूं कमेंट दे विच जरूर दस्यो साडे चैनल नूं सबसक्राइब जरूर करियो साडे फेसबुक पेज नूं सबसक्राइब जरूर करियो ते ऋषि थापर जी ना तुहाडा कंटैक्ट नंबर मैं शेयर करदा जी आह तुसीं भाई स्क्रीनशॉट लै लो ठीक है देख सकते हो थापर डॉग ट्रेनर डॉग ये स्पैलिंग जी है ना मैनूं इंग्लिश बड़ी वधिया आती है बट बिहेवियर इस्ट है ना जी विदाउट बी डॉग ट्रेनिंग है थापर पेट शॉप है ए लहल चौंक रजवाहा रोड नियर 21 नंबर फ्लाईओवर पटियाला ते हैगी है जी तुसीं कॉन्टैक्ट नंबर भाजी ने शेयर कर ही दिता ऑलरेडी तो डिस्क्रिप्शन दे विच तुसीं देख ही सकते हो ना कॉन्टैक्ट नंबर तो एक गल मैनूं होर दस्सो भाजी तुसीं अपनी जिहड़ी शॉप है इहदे विच डॉग फूड तो इलावा होर की रख्या होया देखो जी आफ्टर लॉकडाउन मैं चाहना कि होर अपने जिहड़े हैगे आ मैं इत्थे पैट्स लैके आवां पर लॉकडाउन तो पहला दी गल करिए असीं तो मेरे को इतने रैबिट गिनी पिग एग्जॉटिक ब्रीड्स जेडे एग्जॉटिक बर्ड्स है जिदा लाइक मकाओ अपने हो गए हैं ग्रे पैरट हो गए हैं सन कन्योर हो गए है तो काफ़ी इदा के बर्ड्स मेरे को रैबिट सी मेरे को हैमस्टर सी डक सी मेरे को हैन सी कॉक सी मतलब मेरे को पिजन सी अलग अलग तरह की मेरे को वरायटी के उ समान पिया बट लॉकडाउन तो बाद गर्मी भी आ गई हैगी है तो मैं उन्हें की ब्रीड ऑर्डर से मंगाना जो भी किसी कोई पैट चाहिए मैं ऑर्डर से मंगा लिना है बेझिझक तुसी मैनू फोन कर सकते हो बेझिझक मेरी शॉप पर आ सकते हो तुसी कभी भी कुछ पूछना है कुछ खरीदने वास्ते नहीं कुछ पूछने वास्ते आना है तो वीर तुहाडे लई हाजिर है जब मर्जी तुसी आओ एनी टाइम वेलकम माई स्टोर तो कुछ कोई डॉग बारे पूछना चाहते हो मेरे नंबर से तुसी कॉन्टैक्ट कर सकते हो जी 9876463 मेरा नंबर हैगा जी यही मेरा व्हाट्सएप नंबर हैगा जी इन्हां दे जिन्हें सोशल प्रोफाइल्स ने साडी डिस्क्रिप्शन दे विच ऑलरेडी मैनशन असी कर चुके हैं तुसी प्लीज़ सबसक्राइब करो पहला ते उस तो बाद डिस्क्रिप्शन दे विच स्क्रोल करके जाओ ते बैल दी घंटी जरूर दबाना सो थापर साहब बहुत बहुत शुक्रिया जी तुहाडे नाल गलबात करके बहुत वधिया लग्या इहो जिहे डॉग ट्रेनर नाल धन्यवाद जी मेरा भी मैं तो चाहना है कि मेरिया इंटरव्यूज तो काफ़ी हो चुकी हैगियां साल दे विच 4-5 इंटरव्यूज हो जांदियां पर वीर जी ने जो मैनू इन्ने अच्छे सवाल पूछे हैगे आ मैनू लगता है कि इस तो बैटर होर कुछ नहीं हो सकता मैं भैन भरावां लई बणिया हैगा आ अपने आप नूं होर एबल करन दी कोशिश करदा आ ते दूजिया नूं एबल करन दी कोशिश करदा जो मेरे कोल हैगा आ मेरे तो लवो यार मैं कोई पैसा नहीं रखिया होया ना मैं किस तो पैसे लैंदा आ जो तुसीं पुछना चाहुंदे हो एनी टाइम आओ मेरे नाल गल कर सकदे हो जी बहुत बहुत शुक्रिया भाई साहब तुहाडा साडे स्टोर दे विच आउण दा ते सानूं बुलाउण दी दर्शको बहुत बहुत धन्यवाद जी साडी एडी लंबी इंटरव्यू देखने लई ते पेट दे रिगार्डिंग होर इहो जिहियां वीडियोस जानवरां दे रिगार्डिंग होर इहो जिहियां वीडियोस ते पटियाला व्लॉग दे रिगार्डिंग साडे चैनल नूं प्लीज़ सबसक्राइब करियो ते साडे इस वीडियो नूं प्लीज़ वध तो वध लिंक नूं शेयर जरूर करियो भी जिन्हां कोल पैट्स है उन्हां नूं जानकारी ऋषि थापर जी ने जिहड़ी सानूं दस्सी है वह पहुँचती मुहैया होवे बहुत बहुत शुक्रिया जी